ਮਾਂ ਪੁੱਤ ਦੇ ਐਬ ਛਪਾਵੇ ਅਤੇ ਮੋਹਰ ਛਪਾਵੇ ਪੰਜਾ। ਮਾਂ ਪੁੱਤ ਦੇ ਐਬ ਛਪਾਵੇ ਮੋਹਰ ਛਪਾਵੇ ਪੰਜਾ, ਕੋੜੀ ਆਪਣੇ ਜ਼ਖਮ ਛਪਾਵੇ ਅਤੇ ਗੰਜ ਛਪਾਵੇ ਗੰਜਾ। ਤੀਵੀਂ ਆਪਣੀ ਉਮਰ ਛਪਾਵੇ ਅਤੇ ਐਬ ਛਪਾਵੇ ਬੰਦਾ, ਧੀਆਂ ਆਪਣੇ ਦੁੱਖ ਛਪਾਵਣ ਅਤੇ ਪੁੱਤ ਛਪਾਵੇ ਪੰਗਾ। ਅੱਜ ਤੱਕ ਕੋਈ ਨਹੀਂ ਦੱਸ ਸਕਿਆ ਕਿ ਕੀ ਚੰਗਾ ਕੀ ਮੰਦਾ, ਪਹਿਲਾਂ ਜੱਗ 'ਤੇ ਮੁਰਗੀ ਆਈ ਜਾਂ ਫਿਰ ਆਇਆ ਅੰਡਾ। ਜੀ, ਕਿਸੇ ਚੰਗੇ ਸ਼ਾਇਰ ਦੀਆਂ ਲਿਖੀਆਂ ਹੋਈਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕੱਲ੍ਹ ਦਿਵਾਲੀ ਲੰਘ ਕੇ ਗਈ ਹੈ, ਉਮੀਦ ਕਰਦਾ ਦਿਵਾਲੀ ਸਭ ਦੀ ਬਹੁਤ ਵਧੀਆ ਰਹੀ ਹੋਊਗੀ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਪਟਾਕੇ ਚਲਾਏ ਗਏ, ਜਿਵੇਂ ਨਿਊਯਾਰਕ ਦੇ ਵਿੱਚ ਬੜੇ ਪਟਾਕੇ ਚਲਾਏ ਜਾਂਦੇ ਸੀ। ਮੈਂ ਫਰਿਜਨੋ ਦੀ ਗੱਲ ਕਰਾਂ ਤਾਂ ਕਲਦਰ ਦੇ ਵਿੱਚ ਵੀ ਕਾਫੀ ਆਤਿਸ਼ਬਾਜ਼ੀ ਹੋਈ ਹੈ ਦਿਵਾਲੀ ਦੇ ਮੌਕੇ 'ਤੇ, ਪਰ ਬਹੁਤ ਸਾਰੇ ਸ਼ਹਿਰ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਸਾਰੇ ਪੰਜਾਬੀਆਂ ਨੇ ਗੁਰੂ ਘਰ ਜਾ ਕੇ ਉੱਥੇ ਦੀਵੇ ਜਾਂ ਮੋਮਬੱਤੀਆਂ ਜਗਾ ਕੇ ਕੀਰਤਨ ਦਾ ਸਰਵਣ ਕਰਕੇ ਅਤੇ ਫਿਰ ਆਪਣੀ ਦਿਵਾਲੀ ਜਿਹੜੀ ਉਹ ਮਨਾਈ ਹੈ। ਔਰ ਉਮੀਦ ਕਰਦਾ ਸਭ ਵਾਸਤੇ ਚੰਗੀ ਦਿਵਾਲੀ। ਇਹ ਬੰਦੀ ਛੋੜ ਦਿਵਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹਦੀ ਵੀ ਬਹੁਤ ਬਹੁਤ ਇੱਕ ਵਾਰ ਵਧਾਈ ਅਸੀਂ ਜਸ ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿੰਦੇ ਹਾਂ। ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਤਿਉਹਾਰ ਜਿਹੜਾ ਮੁੱਕਦੀ ਗੱਲ, ਤਿਉਹਾਰ ਕੋਈ ਵੀ ਹੈ, ਇਹ ਸਾਨੂੰ ਚੰਗੀਆਂ ਚੀਜ਼ਾਂ ਦੱਸਣ ਵਾਸਤੇ ਹੁੰਦੇ ਨੇ। ਉਹਦੇ ਵਿੱਚੋਂ ਅਸੀਂ ਬਹੁਤ ਸਾਰੇ ਚੰਗੀਆਂ ਚੀਜ਼ਾਂ ਸਿੱਖ ਵੀ ਲੈਂਦੇ ਹਾਂ ਅਤੇ ਬਹੁਤ ਸਾਰੇ, ਜਿਵੇਂ ਦਿਵਾਲੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਇੱਕ ਇਹ ਦਿਨ ਜਿਹੜਾ ਉਹ ਦੁਨੀਆ ਦੇ ਪੁੱਠੇ ਤੋਂ ਪੁੱਠੇ ਕੰਮ ਕਰਨ ਵਾਲਾ ਦਿਨ ਹੁੰਦਾ। ਉਹ ਕਹਿੰਦੇ ਜੀ ਨਹੀਂ ਨਹੀਂ ਅਸੀਂ ਜੂਆ ਖੇਡ ਲਈ ਦਿਵਾਲੀ ਵਾਲੇ ਦਿਨ ਖੇਡੀਦਾ, ਉੱਦਾਂ ਨਹੀਂ ਖੇਡਦੇ। ਲੈ ਦੱਸੋ ਇਹ ਕਿਹੜਾ ਦਿਵਾਲੀ ਵਾਲੇ ਦਿਨ ਵੀ ਜੂਆ ਖੇਡ ਲਈਦਾ? ਔਰ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਪ੍ਰਥਾ, ਮਤਲਬ ਇਹ ਚੀਜ਼ ਧਾਰਨਾ ਹੈਗੀ ਆ, ਇਹ ਚੀਜ਼ ਮੰਨੀ ਜਾਂਦੀ ਆ ਕਿ ਦਿਵਾਲੀ ਵਾਲੇ ਦਿਨ ਜੂਆ ਜ਼ਰੂਰ ਖੇਡਣਾ, ਚਾਹੇ 10 ਰੁਪਈਏ ਦਾ ਖੇਡੀਏ। ਉੱਥੇ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਚਲੋ ਖੈਰ, ਬਹੁਤ ਸਾਰੇ ਲੋਕ ਦੁਪਹਿਰੇ ਹੀ ਸ਼ੁਰੂ ਹੋ ਜਾਂਦੇ ਨੇ, ਉੱਦਾਂ ਕਹਿੰਦੇ ਯਾਰ ਵੈਸੇ ਤਾਂ ਮੈਂ ਊਂ ਛੱਡੀ ਛੁੱਡੀ ਹੋਈ, ਅੱਜ ਫਿਰ ਦਿਵਾਲੀ ਕਰਕੇ ਅੱਜ ਮੜ ਜਾ, ਫਿਰ ਮੈਂ ਕਿਹਾ ਫਨ ਸ਼ਨ ਜਿਹਾ ਕਰ ਲਈਏ, ਦੁਪਹਿਰੇ ਸ਼ੁਰੂ ਹੋ ਜਾਂਦੇ ਆ। ਬੰਦਾ ਜਿਸ ਕੋਈ ਅਤੇ ਉਹ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਪੂਰੀ ਬੋਤਲ ਪੀ ਗਿਆ ਦਾਰੂ ਦੀ, ਘਰ ਵਾਲੀ ਨੇ ਕੱਢੀਆਂ ਗਾਲਾਂ, ਸ਼ਰਮ ਨਹੀਂ ਆਉਂਦੀ? ਹਜੇ ਦਿਵਾਲੀ, ਕੱਲ੍ਹ ਨੂੰ ਪਤਾ ਨਹੀਂ ਕਿੰਨੀ ਡੱਫੇਗਾ, ਅੱਜ ਪੂਰੀ ਬੋਤਲ ਡੱਫ ਗਿਆ। ਉਹ ਕਹਿੰਦੇ ਭਗਵਾਨ ਨੇ ਮੈਂ ਪੀਤੀ ਤਾਂ ਔਖਾ ਹੋ ਗਈ ਹੈ, ਮੈਂ ਕਿਹਾ ਕੱਲ੍ਹ ਨੂੰ ਨਿਆਣਿਆਂ ਨੇ ਅਰਸ਼ਬਾਜ਼ੀਆਂ ਚਲਾਉਣੀਆਂ, ਐਵੇਂ ਬੋਤਲ ਲੱਭਦੇ ਫਿਰਦੇ, ਉਹਨਾਂ ਨੂੰ ਖਾਲੀ ਕਰਕੇ ਦਿੱਤੀ ਹੈ। ਚਲੋ ਆਪੋ ਆਪਣੀ ਮਾਨਤਾ, ਆਪੋ ਆਪਣਾ ਮੰਨਣਾ ਹੈਗਾ, ਕੋਈ ਕਿਸੇ ਤਰ੍ਹਾਂ ਮੁੱਕਦੀ ਗੱਲ ਇਹ ਹੈ ਜੀ ਕਿ ਜਿਵੇਂ ਅਸੀਂ ਖੁਸ਼ ਹਾਂ ਉਵੇਂ ਖੁਸ਼ ਰਹਿਣਾ ਚਾਹੀਦਾ। ਜਿਹੜੀ ਕੰਮ ਜਿਹੜਾ ਹੈਗਾ ਚੰਗੇ ਪਾਸੇ ਦੀ ਗੱਲ ਕਰੀਏ ਤਾਂ ਚੰਗੇ ਪਾਸੇ ਵਾਲੇ ਧਿਆਨ ਦੇਵਾਂਗੇ, ਥੋੜ੍ਹਾ ਜਿਹਾ ਵਧੀਆ ਹੁੰਦਾ। ਮੈਨੂੰ ਇਹ ਲੱਗਦਾ ਕਿ ਪਹਿਲੀ ਬ੍ਰੇਕ ਦਾ ਸਮਾਂ ਪਹਿਲਾਂ ਹੀ ਹੋ ਗਿਆ। ਜਿੰਮੀ ਸਾਹਿਬ, ਆਹ ਫੋਕਸ ਵਗੈਰਾ ਚੈੱਕ ਕਰ ਲਿਓ ਨਾਲ ਦੀ ਨਾਲ, ਕਿਉਂਕਿ ਮੈਂ ਹੁਣ ਸੈੱਟ ਲਾਇਆ, ਉਦੋਂ ਬਾਅਦ ਟਾਈਮ ਨਹੀਂ ਮਿਲਿਆ ਮੈਨੂੰ ਚੈੱਕ ਕਰਨ ਦਾ। ਅਤੇ ਕੱਲ੍ਹ ਤੁਹਾਨੂੰ ਪਤਾ ਪਹਿਲਾਂ ਮੈਂ ਰੂਟ 'ਤੇ ਸੀਗਾ, ਟੂਰ 'ਤੇ, ਫਿਰ ਨੂੰ ਪ੍ਰੋਗਰਾਮ ਕੀਤਾ ਪਰਸੋਂ ਲਾਈਵ, ਅਤੇ ਫਿਰ ਹਜੇ 2 ਦਿਨ ਨਹੀਂ ਸੀ ਕੰਮ ਕੀਤਾ ਘਰ ਇੱਥੇ ਸਟੂਡੀਓ ਦੇ ਵਿੱਚ। ਚਲੋ ਖੈਰ, ਗੱਲ ਕਰੀਏ ਜੀ ਦਿਵਾਲੀ ਦੀ। ਵੈਸੇ ਗੱਲਬਾਤ ਤਾਂ ਅਕਸਰ ਕਰਦੇ ਰਹੀਦਾ ਦਿਵਾਲੀ ਬਾਰੇ, ਕਿਵੇਂ ਮਨਾਈ? ਆਮ ਤੌਰ 'ਤੇ ਇਹੀ ਸਵਾਲ ਹੁੰਦਾ, ਕਿਵੇਂ ਰਹੀ ਜੀ ਦਿਵਾਲੀ, ਫਿਰ ਕਿਵੇਂ ਰਹੀ ਦਿਵਾਲੀ, ਕਿਵੇਂ ਰਹੀ ਦਿਵਾਲੀ, ਕਿਵੇਂ ਰਹੀ ਦਿਵਾਲੀ। ਵੈਸੇ ਦਿਵਾਲੀ ਦਾ ਇੱਕ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ, ਪੰਜਾਬ ਦਾ ਇੱਥੇ ਤਾਂ ਇਹੋ ਜਿਹਾ ਰਿਵਾਜ਼ ਬੜਾ ਨਹੀਂ ਲੱਗਿਆ ਬਹੁਤ ਸਾਰੇ ਘਰਾਂ ਦੇ ਵਿੱਚ। ਅਸੀਂ ਨਿਊਯਾਰਕ ਦੀ ਗੱਲ ਕਰੀਏ ਤਾਂ ਆਂਢ ਗਵਾਂਢ ਦੇ ਵਿੱਚ ਵੀ ਹੁੰਦਾ ਸੀਗਾ ਵੀ ਡੱਬਾ ਇੱਕ ਦੇ ਕੇ ਫਿਰ ਦੂਜਾ ਉਹਨਾਂ ਨੂੰ ਡੱਬਾ ਦੇ ਲਿਆ ਕੇ, ਅਤੇ ਫਿਰ ਇਹ ਹੁੰਦਾ ਸੀ ਇੱਥੇ 5-4 ਘਰ ਹੁੰਦੇ ਅਤੇ ਡੱਬੇ ਫਿਰ ਬੰਦਾ 5-4 ਲਿਆਉਂਦਾ ਅਤੇ 5-4 ਦਿੰਦਾ ਸੀ। ਅਗਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉੱਥੇ ਰਿਵਾਜ਼ ਸੀਗਾ ਡੱਬਿਆਂ ਦਾ, ਕਹਿੰਦੇ ਮਠਿਆਈ ਬਹੁਤ ਜ਼ਿਆਦਾ ਹੋ ਜਾਂਦੀ, ਵੈਸੇ ਸ਼ੂਗਰ ਹੋਈ ਸਭ ਨੂੰ, ਅਤੇ ਫਿਰ ਕੀ ਰਿਵਾਜ਼ ਚੱਲਿਆ ਕਿ ਕੋਈ ਨਾ ਕੋਈ ਚੀਜ਼ ਲੈ ਕੇ ਨਾ ਉਹ ਦਿਓ ਕਿਸੇ ਜਿਹੜੀ ਘਰੇ ਕੰਮ ਆ ਜਾਏ। ਕਈ ਤਾਂ ਚਲੋ ਕੋਈ ਚੰਗੀ ਚੀਜ਼ ਲੈ ਲੈਂਦੇ ਹੁੰਦੇ ਸੀ, ਕਈ ਫਿਰ ਇੱਕ ਲੈ ਲੈਣਾ ਜੀ ਕੱਪਾਂ ਦਾ ਸੈੱਟ ਲੈ ਲਿਆ, 6 ਕੱਪਾਂ ਦਾ ਸੈੱਟ ਲੈ ਲਿਆ, ਉਹ ਦੇ ਆਉਂਦਾ ਕਿਸੇ ਨੇ, ਇੱਕ ਬਾਊਲ ਲੈ ਲਿਆ ਉਹ ਦੇ ਆਉਂਦਾ ਕਿਸੇ ਨੂੰ, ਕੋਈ ਰੋਟੀ ਵਾਲਾ ਬਾਕਸ ਜਾਂ ਸਬਜ਼ੀ ਸੁਬਜ਼ੀ ਪਾਉਣ ਵਾਲਾ ਜਿਹੜਾ ਹੈਗਾ ਉਹ ਤੱਤੀ ਰੱਖਣ ਵਾਲਾ ਸਬਜ਼ੀ ਉਹ ਦੇ ਆਉਂਦਾ, ਕੋਈ ਇੱਦਾਂ ਚੰਗਾ ਮਾੜਾ ਦੇ ਦਿੰਦੇ ਸੀਗੇ ਜੀ। ਅਤੇ ਉਹ ਇੱਦਾਂ ਹੀ ਦੇਣ ਦਾ ਰਿਵਾਜ਼ ਕਾਫੀ ਇਹ ਗਿਫਟ ਸੀਗਾ। ਅਤੇ ਪਰ ਕਈ ਵਾਰੀ ਇਹ ਹੁੰਦਾ ਕਿ ਅਸੀਂ ਬਹੁਤ ਸਾਰੇ ਘਰ ਜਿਹੜੇ ਹੈਗੇ ਨੇ ਉਹ ਗਿਫਟ ਖੋਲ੍ਹ ਕੇ ਨਹੀਂ ਦੇਖਦੇ ਸੀਗੇ। ਸਾਡੇ ਨਾਲ ਇੱਦਾਂ ਹੋਈ ਸੀਗੀ ਕਿ ਗਿਫਟ ਖੋਲ੍ਹ ਕੇ ਨਹੀਂ ਸੀ ਦੇਖਦੇ, ਅਤੇ ਫਿਰ ਉਹ ਘੁੰਮ ਘੁੰਮਾ ਕੇ ਤਾਂ ਉੱਥੇ 5 ਗਵਾਂਢੀ ਜਿਹੜਾ ਉਹ ਸਾਡੇ ਘਰ ਹੀ ਫੜਾ ਗਿਆ, ਉਹ ਰੈਪ ਕੀਤਾ ਹੋਇਆ ਗਿਫਟ, ਉਹਦੇ ਫਿਰ ਖੋਲ੍ਹ ਕੇ ਦੇਖਿਆ ਵਾਹ ਵਾਹ ਵਾਹ, ਆਹ ਤਾਂ ਆਪਾਂ ਲਿਆਏ ਸੀ ਉੱਥੋਂ 150 ਦਾ ਮਿਲਿਆ ਸੀ, ਫਿਰ ਵਾਪਸ ਆ ਗਿਆ। ਚਲੋ ਖੈਰ, ਸ਼ੁਗਲ ਮੇਲੇ ਦੀਆਂ ਗੱਲਾਂ, ਇਹ ਵੀ ਇੱਕ ਰਸਮ ਰਿਵਾਜ਼ ਹੈਗੇ ਨੇ ਚੰਗੇ, ਮਿਲ ਵਰਤਨ ਦੀ ਗੱਲ ਹੁੰਦੀ ਆ ਜਦੋਂ ਦਿਵਾਲੀ ਦੇ ਜਾਂ ਤਿਉਹਾਰਾਂ ਦੇ ਨਾਲ 'ਚ ਅਸੀਂ ਇੱਕ ਦੂਜੇ ਨੂੰ ਕੋਈ ਚੀਜ਼ ਦਿੰਦੇ ਲੈਂਦੇ ਹਾਂ ਅਤੇ ਇੱਕ ਚੰਗਾ ਮਿਲ ਵਰਤਨ ਬਣਦਾ ਉਹਦੇ ਨਾਲ। ਲਓ ਜੀ, ਬ੍ਰੇਕ ਦਾ ਸਮਾਂ ਤਾਂ ਪਹਿਲਾਂ ਹੀ ਹੋ ਗਿਆ ਪ੍ਰੋਗਰਾਮ ਸ਼ੁਰੂ ਕਰਨ ਤੋਂ,
ਇਹ ਕੋਈ ਗੱਲ ਨਹੀਂ ਸਰ, ਸਾਰਾ ਜਿਮੀ ਦਾ ਕਸੂਰ ਆ, ਕੋਈ ਨਹੀਂ, ਆਪਾਂ ਜਿਮੀ ਨਾਲ ਕਰ ਲਾਂਗੇ ਗੱਲ ਬਾਅਦ 'ਚ। ਅਤੇ ਗੱਲ ਅਗਰ ਕਰੀਏ, ਵੇਖੋ ਜੀ ਪ੍ਰੋਗਰਾਮ ਦਾ ਪੈਟਰਨ ਤਾਂ ਉਹੀ ਰਹਿਣਾ, ਸਮਾਂ ਸਾਡੇ ਕੋਲ ਚਾਹੇ ਘੱਟ ਵੱਜਦਾ ਚਾਹੇ ਵੱਧ ਵੱਜਦਾ। ਅੱਜ ਵੀ ਮੈਂ ਫਟਾਫਟ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ, ਸੁਨਹਿਰੀ ਸਫ਼ਰ ਜਿਹਦੀ ਆਪਾਂ ਗੱਲ ਕਰਦੇ ਹਾਂ, ਸੁਨਹਿਰੀ ਸਫ਼ਰ ਜਗਮੋਹਨ ਕੌਰ ਦਾ। ਬਹੁਤ ਬੁਲੰਦ ਆਵਾਜ਼ ਸੀ, ਬਹੁਤ ਬੁਲੰਦ ਆਵਾਜ਼ ਸੀ, ਬਹੁਤ ਸਾਰੇ ਸਾਡੇ ਦਰਸ਼ਕ ਜਾਣਦੇ ਹੋਣਗੇ, ਕਿਉਂਕਿ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ। 1977 ਦੇ ਵਿੱਚ ਉਹਨਾਂ ਦੀ ਡੈੱਥ ਹੋਈ ਹੈ। 1977 ਦੀ ਗੱਲ ਕਰੀਏ ਨਾ, ਸੌਰੀ 1997 'ਚ, 1977 ਨਹੀਂ, 1997 ਦੇ ਵਿੱਚ 49 ਸਾਲ ਦੀ ਉਮਰ ਸੀਗੀ। 6 ਦਸੰਬਰ 1997 ਨੂੰ ਉਹਨਾਂ ਦੀ ਡੈੱਥ ਹੋਈ ਹੈ ਐਕਸੀਡੈਂਟ ਦੇ ਵਿੱਚ। ਪਤਾ ਹੀ ਹੈ ਸਭ ਨੂੰ, ਖਰੜ ਦੇ ਕੋਲ ਐਕਸੀਡੈਂਟ ਹੋਇਆ ਸੀਗਾ, ਉੱਥੇ ਉਹਨਾਂ ਦੀ ਕੰਟੈਸਾ ਗੱਡੀ ਸੀਗੀ। ਅਤੇ 1997 ਦੀ ਗੱਲ ਕਰੀਏ ਤਾਂ 1997 ਤੋਂ ਬਾਅਦ ਤਾਂ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਜਾਣਦੇ ਹੋਣਗੇ, ਮਿਲੇ ਵੀ ਹੋਣਗੇ ਉਦੋਂ ਪਹਿਲਾਂ। ਸੋ ਇਹਨਾਂ ਦਾ ਜਨਮ ਜਿਹੜਾ 18 ਅਪ੍ਰੈਲ 1948 ਨੂੰ ਪਠਾਨਕੋਟ ਵਿੱਚ ਹੋਇਆ ਸੀ, ਪਰ ਜੱਦੀ ਪਿੰਡ ਇਹਨਾਂ ਦਾ ਸੀਗਾ ਬੂੜ ਮਾਜਰਾ। ਬੜੇ ਕਸੂਤੇ ਕਸੂਤੇ ਨਾਂ ਨੇ ਪਿੰਡਾਂ ਦੇ, ਬੂੜ ਮਾਜਰਾ, ਖੂਨੀ ਮਾਜਰਾ, ਸੰਤੇ ਮਾਜਰਾ। ਅਤੇ ਉਹ ਕੇਦੀਪ ਨੇ ਫਿਰ ਪਾਇਆ ਵੀ ਸੀਗਾ ਕੈਸਟਾਂ ਦੇ ਵਿੱਚ ਵੀ ਇਹ ਮੈਂ ਮੁਣ ਮਾਜਰਾ ਕੀ ਹੈ, ਕੋਈ ਖੂਨੀ ਮਾਜਰਾ, ਕੋਈ ਸੰਤੇ ਮਾਜਰਾ, ਕੋਈ ਬੂੜ ਮਾਜਰਾ, ਕੋਈ ਮਨੀ ਮਾਜਰਾ। ਅਤੇ ਮਾਜਰੇ ਬਹੁਤ ਨੇ ਚੰਡੀਗੜ੍ਹ ਦੇ ਆਲੇ ਦੁਆਲੇ, ਮੈਂ ਚੰਡੀਗੜ੍ਹ ਰਿਹਾ ਅਤੇ ਬਹੁਤ ਸਾਰੇ ਮਾਜਰੇ ਨੇ। ਅਤੇ ਬੂੜ ਮਾਜਰਾ ਵੀ ਇਹ ਰੋਪੜ ਜ਼ਿਲ੍ਹੇ 'ਚ ਪੈਂਦਾ, ਜਿੱਥੇ ਇਹਨਾਂ ਨੇ ਮੋਸਟਲੀ ਜਿਹੜਾ ਜੀਵਨ ਆਪਣਾ ਬਿਤਾਇਆ। ਪਿਤਾ ਸੀਗੇ ਜਿਹੜੇ ਇਹਨਾਂ ਦੇ ਆਪਣੇ ਗੁਰਚਰਨ ਸਿੰਘ ਕੰਗ, ਪ੍ਰਕਾਸ਼ ਕੌਰ ਮਾਤਾ ਸੀ। ਅਤੇ ਇੱਥੇ ਫਿਰ ਪੜ੍ਹਾਈ ਵੀ ਇਹਨਾਂ ਨੇ ਇੱਥੇ ਕੀਤੀ, ਅਤੇ ਖਾਲਸਾ ਹਾਈ ਸਕੂਲ ਕੁਰਾਲੀ, ਇਹ ਵੀ ਚੰਡੀਗੜ੍ਹ ਦੇ ਨੇੜੇ ਪੈਂਦਾ, ਕੁਰਾਲੀ ਦੇ ਵਿੱਚ ਪੜ੍ਹਾਈ ਕੀਤੀ। ਫਿਰ ਹੋਰ ਚੰਡੀਗੜ੍ਹ ਵੱਲ ਨੂੰ ਆ ਜਾਈਏ ਤਾਂ ਖਰੜ ਦੇ ਵਿੱਚ ਹੈਗਾ ਆਰੀਆ ਸਕੂਲ, ਜਿਹੜਾ ਟ੍ਰੇਨਿੰਗ ਦਾ ਟ੍ਰੇਨਿੰਗ, ਆਰੀਆ ਸਕੂਲ ਆਫ ਟ੍ਰੇਨਿੰਗ, ਉਹਦੇ 'ਚ ਵੀ ਇਹਨਾਂ ਨੇ ਟ੍ਰੇਨਿੰਗ ਕੀਤੀ, JBT ਕੀਤੀ ਉੱਥੋਂ। ਅਤੇ ਮਨੀ ਮਾਜਰੇ ਫਿਰ ਇਹਨਾਂ ਨੇ ਆਪਣਾ ਕੀ ਕਹਿੰਦੇ ਹੁੰਦੇ ਆ, ਨੌਕਰੀ ਵੀ ਕੀਤੀ ਟੀਚਰ ਦੀ ਥੋੜ੍ਹੀ ਦੇਰ। ਸੋ ਜਗਮੋਹਨ ਕੌਰ ਜੀ ਦਾ ਆਪਾਂ ਸਫ਼ਰ ਅੱਜ ਤੁਹਾਡੇ ਨਾਲ ਸਾਂਝਾ ਕਰਨਾ। ਅਤੇ ਉਹਦੇ ਵਿੱਚ ਮੇਰੇ ਖਿਆਲ ਪਹਿਲਾ ਗੀਤ ਜਿਹੜਾ ਬਹੁਤ ਵਧੀਆ, ਬਾਬਾ ਬੁੱਲੇ ਸ਼ਾਹ ਜੀ ਦਾ ਕਲਾਮ, ਬਹੁਤ ਵਧੀਆ। ਗੀਤਾਂ ਦੀ ਕੁਆਲਿਟੀ ਮੈਨੂੰ ਹਾਲਾਂਕਿ ਬੜੀ ਵਧੀਆ ਨਹੀਂ ਮਿਲੀ, ਪਰ ਗੀਤ ਬੜੇ ਵਧੀਆ ਨੇ। ਬਾਬਾ ਬੁੱਲੇ ਸ਼ਾਹ ਜੀ ਦਾ ਕਲਾਮ, ਹਾਜੀ ਲੋਕ ਮੱਕੇ ਵੱਲ ਜਾਂਦੇ, ਮੇਰਾ ਰਾਂਝਣ ਮਾਹੀ ਮੱਕਾ ਨੀ ਮੈਂ ਕਮਲੀ ਹਾਂ। ਕਮਲੀ ਗੀਤ ਬਹੁਤ ਸਾਰੇ ਲੋਕਾਂ ਨੇ ਗਾਇਆ, ਬਹੁਤ ਸਾਰੇ ਗਾਇਕਾਂ ਨੇ ਗਾਇਆ, ਪਰ ਜੋ ਕਮਲੀ ਬਾਬਾ ਬੁੱਲੇ ਸ਼ਾਹ ਦੀ ਜਗਮੋਹਨ ਕੌਰ ਨੇ ਗਾਈ ਆ, ਉਹਦਾ ਆਪਣਾ ਹੀ ਇੱਕ ਵੱਖਰਾ ਰੰਗ ਸੀ। ਕਮਲੀ ਗੀਤ ਦੇਖਣ ਤੋਂ ਬਾਅਦ ਫਟਾਫਟ ਆਪਾਂ ਬ੍ਰੇਕ ਲਵਾਂਗੇ, ਅਤੇ ਬ੍ਰੇਕ ਤੋਂ ਵਾਪਸ ਆ ਕੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਲਵਾਂਗੇ, ਅਤੇ ਨਾਲ ਦੀ ਨਾਲ ਜਗਮੋਹਨ ਕੌਰ ਬਾਰੇ ਜਿੰਨੀ ਕੁ ਜਾਣਕਾਰੀ ਹੈਗੀ ਮੇਰੇ ਕੋਲ ਉਹ ਤੁਹਾਡੇ ਨਾਲ ਸਾਂਝੀ ਕਰੂੰਗਾ, ਅਤੇ ਨਾਲ ਦੀ ਨਾਲ ਉਹਨਾਂ ਦੇ ਗੀਤ ਵੀ ਕੋਸ਼ਿਸ਼ ਕਰਾਂਗੇ, 1-2-3 ਜਿੰਨੇ ਕੁ ਵੀ ਸਮਾਂ ਬਚਿਆ ਤੁਹਾਨੂੰ ਸੁਣਨ ਦੀ ਸੁਣਾਉਣ ਦੀ ਗੀਤ ਵੀ ਕੋਸ਼ਿਸ਼ ਕਰਾਂਗੇ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਅੱਜ ਦਾ ਪ੍ਰੋਗਰਾਮ ਲੈ ਕੇ, ਅਤੇ ਗੱਲਬਾਤ ਜਗਮੋਹਨ ਕੌਰ ਜੀ ਬਾਰੇ ਅੱਜ ਸ਼ੁਰੂ ਕੀਤੀ ਹੈ। ਕੇਦੀਪ ਸਾਹਿਬ ਨਾਲ ਇਹਨਾਂ ਦਾ ਵਿਆਹ ਹੋਇਆ ਸੀ 1971 ਦੇ ਵਿੱਚ। ਹੋਇਆ ਕਿਵੇਂ ਸੀ ਉਦੋਂ ਪਹਿਲਾਂ ਦੀ ਥੋੜ੍ਹੀ ਜਿਹੀ ਗੱਲ ਕਰੀਏ, ਤਾਂ ਇਹਨਾਂ ਦੇ ਪਿਤਾ ਜੀ ਨੂੰ ਵੀ ਜਿਹੜਾ ਸ਼ੌਕ ਸੀ ਕਵਿਤਾਵਾਂ ਵਗੈਰਾ ਲਿਖਣ ਦਾ। ਸੋ ਘਰ ਦੇ ਵਿੱਚ ਹੀ ਇਹਦਾ ਮਤਲਬ ਮਾਹੌਲ ਸੀਗਾ ਇਸ ਤਰ੍ਹਾਂ ਦਾ। ਅਤੇ ਬਾਅਦ ਦੇ ਵਿੱਚ ਇਹਨਾਂ ਨੇ ਬਕਾਇਦਾ ਫਿਰ ਪੜ੍ਹਦੇ ਜਦੋਂ ਸਕੂਲਾਂ ਦੇ ਵਿੱਚ ਹੁੰਦੀਆਂ ਸੀ, ਕਹਿੰਦੇ ਬਾਲ ਸਭਾਵਾਂ 'ਤੇ ਗਾਉਣਾ ਗੁਣਾ ਸ਼ੁਰੂ ਕੀਤਾ, ਜੋ 10ਵੀਂ ਤੱਕ ਪਹੁੰਚੇ ਅਤੇ ਬੜੀ ਵਧੀਆ ਗਾਇਕਾ ਇਹ ਬਣ ਗਏ ਸੀਗੇ 10ਵੀਂ ਤੱਕ, ਜਗਮੋਹਨ ਕੌਰ। ਕੰਵਰ ਮਹਿੰਦਰ ਸਿੰਘ ਬੇਦੀ ਕੋਲੋਂ ਫਿਰ ਬਕਾਇਦਾ ਇਹਨਾਂ ਨੇ ਸਿੱਖਿਆ ਲਈ ਹੈ ਗਾਇਕੀ ਦੀ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਲੱਗਿਆ ਵੀ ਕੰਮ ਜਿਹੜਾ ਮੇਰਾ ਗਾਇਕੀ ਵਾਲੇ ਪਾਸੇ ਜ਼ਿਆਦਾ ਸੂਝ ਰਹਿਣਾ, ਤਾਂ ਨੌਕਰੀ ਜਿਹੜੀ ਸੀ ਸਰਕਾਰੀ ਛੱਡਤੀ ਇਹਨਾਂ ਨੇ, JBT ਦਾ ਜਿਹੜੇ ਟੀਚਰ ਸੀਗੇ ਮਨੀ ਮਾਜਰੇ, ਉਹ ਫਿਰ ਛੱਡਤੀ ਅਤੇ ਫਿਰ ਗਾਇਕੀ ਵਾਲੇ ਪਾਸੇ ਹੋ ਗਏ। ਕਲਕੱਤੇ ਕਹਿੰਦੇ ਪ੍ਰੋਗਰਾਮ ਕਰਨ ਗਏ ਸੀ ਕੋਈ, ਇਹ ਕਲਕੱਤੇ ਹੋਰ ਵੀ ਸਿੰਗਰ ਗਏ ਸੀ ਜਿਵੇਂ ਆਪਣੇ ਜਾਂਦੇ ਨੇ ਪਬਲਿਕ ਰਿਲੇਸ਼ਨ ਵੱਲੋਂ, ਅਤੇ ਉੱਥੇ ਇੱਕ ਤਾਂ ਕੇਦੀਪ ਸਾਹਿਬ ਦਾ ਵੀ ਪ੍ਰੋਗਰਾਮ ਸੀਗਾ, ਅਤੇ ਉਹਨਾਂ ਨੇ ਵੀ ਆਪਣਾ ਕੀਤਾ ਪ੍ਰੋਗਰਾਮ, ਉਹ ਵੀ ਗਰੁੱਪ ਲੈ ਕੇ ਆਏ ਸੀ, ਇਹ ਵੀ ਗਰੁੱਪ ਲੈ ਕੇ ਆਏ ਸੀ। ਉੱਥੇ ਇੱਕ ਤਾਂ ਕਹਿੰਦੇ ਵੀ ਅੱਖੀਆਂ ਦੋ ਹੀ ਚੰਗੀਆਂ ਨੇ, ਇਹਨਾਂ ਨੂੰ ਚਾਰ ਨਾ ਕਰ ਲਈ, ਅਤੇ ਇਹਨਾਂ ਦੀਆਂ ਚਾਰ ਹੋ ਗਈਆਂ ਸੀ, ਚਾਰ ਦੀਆਂ ਵੀ 8 ਹੋ ਗਈਆਂ ਸੀ ਕਹਿੰਦੇ, ਉਦੋਂ 8 ਹੋ ਗਈਆਂ। ਅਤੇ ਫਿਰ ਇਹਨਾਂ ਨੇ ਉਦੋਂ ਗਰੁੱਪ ਬਣਾਇਆ ਇਕੱਠੇ, ਅਤੇ ਬੜਾ ਕੰਮ ਕੀਤਾ, ਕੰਮ ਇਹਨਾਂ ਨੇ ਕਮਾਲ ਕੀਤਾ। ਕੇਦੀਪ ਸਾਹਿਬ ਦੀ ਇੱਕ ਬੜੀ ਖਾਸੀਅਤ ਸੀ, ਕੇਦੀਪ ਹੈਗੇ ਨੇ ਹਜੇ ਵੀ, ਉਹਨਾਂ ਦੀ ਵੀ ਕਦੇ ਗੱਲਬਾਤ ਕਰਾਂਗੇ, ਉਹ ਮੂੰਹ ਦੇ ਨਾਲ ਕਈ ਸਾਜ਼ ਵਜਾ ਲੈਂਦੇ ਸੀਗੇ। ਫਿਰ ਮਾਈ ਮੁਣ ਅਤੇ ਪੋਸਤੀ ਇਹਨਾਂ ਦੀਆਂ ਕੈਸਟਾਂ ਜਿਹੜੀਆਂ ਹਿੱਟ ਹੋਈਆਂ। ਅਗਰ ਸੋਲੋ ਦੀ ਗੱਲ ਕਰੀਏ, ਸੋਲੋ ਦੇ ਵਿੱਚ ਜਗਮੋਹਨ ਕੌਰ ਦਾ ਜਵਾਬ ਨਹੀਂ, ਘੜਾ ਵੱਜਦਾ ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ ਸੁਣ ਮੁੰਡਿਆ, ਕਿਆ ਬਾਤ ਹੈ, ਕੈਸੇ ਗੀਤ ਸੀਗੇ। ਬਾਪੂ ਵੇ ਅੱਡ ਹੁੰਨੀ ਆ, ਇੱਕ ਮੈਂ ਲੈ ਦੇ ਇੱਕ ਗੈਂ ਲੈ ਦੇ, ਬੱਕੀ ਲੈ ਦੇ ਘੁੰਗਰੂਆਂ ਵਾਲੀ ਵੇ ਅੱਡ ਹੁੰਨੀ ਆ, ਇਹੋ ਜਿਹੇ ਹਜ਼ਾਰਾਂ ਗੀਤ ਜਿਹੜੇ ਇਹਨਾਂ ਨੇ ਗਾਏ ਨੇ। ਔਰ ਵਿਆਹ ਇਹਨਾਂ ਦਾ ਇੰਟਰਕਾਸਟ ਸੀਗਾ 1971 ਜਦੋਂ ਹੋਇਆ, ਅਤੇ ਪਹਿਲਾਂ ਜਿਹੜੇ ਮਾਂ ਪਿਓ ਸੀਗੇ ਔਖੇ ਹੋਏ, ਕੰਗ ਸਾਹਿਬ ਗੁਰਚਰਨ ਸਿੰਘ ਕੰਗ ਸਾਹਿਬ ਔਖੇ ਸੌਖੇ 'ਚ ਹੋਏ ਵੀ ਭਾਈ ਆਹ ਕੰਮ ਠੀਕ ਨਹੀਂ ਤੇਰਾ,
ਪਰ ਫਿਰ ਜਦੋਂ ਟਾਈਮ ਦੇ ਹਿਸਾਬ ਨਾਲ ਠੀਕ ਹੋ ਗਿਆ, ਆਪਸ ਵਿੱਚ ਸਾਰਾ ਕੁਛ ਵਧੀਆ ਹੋ ਗਿਆ, ਹੌਲੀ ਹੌਲੀ ਹੋ ਹੀ ਜਾਂਦਾ ਹੁੰਦਾ ਇਹੋ ਜਿਹੇ ਘਰਾਂ ਦੇ ਵਿੱਚ ਹਾਲਾਤ ਹੁੰਦੇ ਨੇ, ਬਹੁਤ ਸਾਰੇ ਪੰਗਾ ਪੈ ਜਾਂਦਾ, ਪਰ ਕਈਆਂ ਦੇ ਠੀਕ ਹੋ ਜਾਂਦੇ ਨੇ। ਇੰਟਰਕਾਸਟ ਦੀ ਜੇ ਗੱਲ ਕਰੀਏ, ਪਹਿਲਾਂ ਜ਼ਿਆਦਾ ਸੀ, ਹੁਣ ਤਾਂ ਕੋਈ ਬੜਾ ਪੰਗਾ ਹੈ ਨਹੀਂ। ਹੁਣ ਤਾਂ ਮਾਂ ਪਿਓ ਕਹਿ ਦਿੰਦੇ ਸਿੱਧਾ, ਜਾ ਭਾਈ ਤੂੰ ਆਪਦੀ ਜ਼ਿੰਦਗੀ ਕੱਟਣੀ ਹੈ, ਸਾਡੇ ਵੱਲੋਂ ਇੰਟਰਕਾਸਟ ਕਰਾ, ਸਾਡੇ ਵੱਲੋਂ ਇੰਟਰ ਜਿੱਥੇ ਮਰਜ਼ੀ ਕਰਾ, ਭਾਵੇਂ ਬਾਹਰਲੇ ਇੰਟਰ ਮੁਲਕ ਕਰਾ ਕੇ ਜਾ ਕੇ ਦੇਸ਼ 'ਚ ਕਰਾਵਾਂ, ਅਸੀਂ ਕੀ ਲੈਣਾ। ਠੀਕ ਹੈ, ਇਹ ਅੱਜ ਕੱਲ੍ਹ ਥੋੜ੍ਹਾ ਜਿਹਾ ਜ਼ਮਾਨਾ ਚੇਂਜ ਹੋ ਗਿਆ। ਪਰ ਅਸੀਂ ਗੱਲ ਕਰੀਏ ਜੇ ਕੇਦੀਪ ਜਗਮੋਹਨ ਕੌਰ ਦੀ, ਤਾਂ ਫਿਰ 1972 ਦੇ ਵਿੱਚ, ਮੇਰੇ ਖਿਆਲ ਕਿ 71-72 ਦੇ ਵਿੱਚ ਜਲੰਧਰ ਦੂਰਦਰਸ਼ਨ ਦਾ ਉਦਘਾਟਨ ਹੋਇਆ ਸੀ, ਜਦੋਂ ਯਾਦ ਹੋਏਗਾ ਸਾਡੇ ਦਰਸ਼ਕਾਂ ਨੂੰ, ਉਦੋਂ ਇਹਨਾਂ ਨੇ ਗਾਣਾ ਗਾਇਆ ਸੀ ਵੀ ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ। ਉਹ ਸੁਪਰ ਡੁਪਰ ਗੀਤ ਹੋਇਆ ਸੀਗਾ ਇਹਨਾਂ ਦਾ, ਅਤੇ ਕਨੇਡਾ ਦੇ ਟੂਰ ਸਾਰੇ, ਬਹੁਤ ਟੂਰ ਲਾਏ ਇਹਨਾਂ ਨੇ ਕਨੇਡਾ ਦੇ ਵਿੱਚ, ਕਨੇਡਾ, ਅਮੈਰੀਕਾ, ਇੰਗਲੈਂਡ ਦੇ, ਪੂਰੇ ਦੇ ਪੂਰੇ ਜਰਮਨ ਵਗੈਰਾ, ਪੂਰੇ ਦਾ ਪੂਰਾ ਪੈਕੇਜ 1974 ਦੇ ਵਿੱਚ ਪਹਿਲਾ ਟੂਰ ਲਾਇਆ ਸੀਗਾ। ਪਰ ਪੂਰੇ ਫੁੱਲ ਫਲੈਸ਼ ਬਹੁਤ ਵਧੀਆ ਇਹਨਾਂ ਦਾ ਕੰਮ ਉਦੋਂ ਚੱਲਿਆ ਸੀਗਾ, ਅਤੇ ਬਾਅਦ ਦੇ ਵਿੱਚ ਜਿਵੇਂ ਕਹਿੰਦੇ ਨਹੀਂ ਬੰਦੇ ਨੂੰ ਲਾਲਚ ਪੈ ਜਾਂਦਾ, ਫਿਰ ਇਹ ਟੋਰਾਂਟੋ ਹੀ ਠਹਿਰ ਗਏ ਸੀਗੇ। ਕੇਦੀਪ ਸਾਹਿਬ ਅਤੇ ਜਗਮੋਹਨ ਕੌਰ ਤਾਂ ਖੁਦ ਪ੍ਰਮੋਟਰ ਬਣ ਗਏ ਸੀ, ਫਿਰ ਖੁਦ ਕਲਾਕਾਰ ਲਿਆ ਕੇ ਪ੍ਰੋਗਰਾਮ ਵਗੈਰਾ ਕਰਾਉਂਦੇ ਰਹੇ, ਕਾਫੀ ਸੁਪਰ ਡੁਪਰ ਹਿੱਟ ਰਹੇ ਆ ਗਾਣੇ। ਜੇ ਅਸੀਂ ਗਾਣੇ ਜ਼ਿਕਰ ਦੀ ਗੱਲ ਕਰੀਏ, ਗਾਣੇ ਜ਼ਿਹਨ ਦੇ ਵਿੱਚ ਆਉਂਦੇ ਗੱਲ ਕਰੀਏ, ਤਾਂ ਉਹ ਗਾਣੇ ਸੋਲੋ ਜਿਹੜੇ ਆਏ ਨੇ ਇਹਨਾਂ ਦੇ ਜ਼ਿਹਨ ਦੇ ਵਿੱਚ, ਉਦੋਂ ਬਾਅਦ ਇਹਦੇ ਦੁਗਾਣੇ ਬੜੇ ਆਏ ਨੇ, ਬੜਾ ਕਰਾਰਾ ਪੂਦਨਾ, ਇਹੋ ਜਿਹੇ ਹੋਰ ਬੜੇ ਗਾਣੇ ਆਏ ਨੇ ਜਿਹੜੇ ਚੁਲਬਲੇ ਸੀਗੇ। ਪਰ ਯਾਦ ਲੋਕਾਂ ਨੂੰ ਜਾਂ ਤਾਂ ਜਗਮੋਹਨ ਕੌਰ ਦੀ ਇਕੱਲੀ ਦੇ ਗਾਣੇ ਆ, ਮਿਰਜ਼ੇ ਦੀ ਗੱਲ ਕਰ ਲਓ, ਚਾਹੇ ਅੱਖੀਆਂ 'ਚ ਤੂੰ ਵੱਸਦਾ, ਚਾਹੇ ਗੱਲ ਕਰ ਲਓ ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ, ਇਹ ਸਾਰੇ ਸੋਲੋ ਗੀਤ ਉਹਨਾਂ ਦੇ ਜਿਹੜੇ ਯਾਦ ਨੇ ਸਾਨੂੰ, ਜਾਂ ਫਿਰ ਉਹਨਾਂ ਦੀ ਕਾਮੇਡੀ ਜਿਹੜੀ ਹੈ, ਉਦੋਂ ਬਾਅਦ ਕੈਸਟਾਂ ਦਾ ਜ਼ਿਕਰ ਸ਼ੁਰੂ ਹੋਇਆ, ਅਤੇ ਔਰ ਕਿਹਾ ਜਾਂਦਾ ਇਹ, ਔਰ ਕਿਹਾ ਨਹੀਂ ਜਾਂਦਾ, ਹੈਗਾ ਹੀ ਇਹ ਹੈ ਕਿ ਜੇਕਰ ਤਵਿਆਂ ਦੇ ਵਿੱਚ ਗੱਲ ਕਰੀਏ ਜਾਂ ਕਾਮੇਡੀ ਦੀ ਗੱਲ ਕਰੀਏ, ਕਾਮੇਡੀ ਨੂੰ ਵੱਡੇ ਪੱਧਰ 'ਤੇ ਲਿਆਉਣ ਦੀ ਗੱਲ ਕਰੀਏ, ਤਾਂ ਜਸਵਿੰਦਰ ਭੱਲੇ ਹੁਣਾਂ ਤੋਂ ਪਹਿਲਾਂ ਕੇਦੀਪ ਅਤੇ ਮਾਈਮੋਨੋ ਦੀਆਂ ਜੋੜੀ ਜਿਹੜੀ ਹੈ ਪੂਰੀ ਹਿੱਟ ਹੋ ਗਈ ਸੀ। ਪੋਸਤੀ ਅਤੇ ਮਾਈਮੋਨੋ, ਇਹ ਇੱਕ ਵੱਖਰਾ ਰੰਗ ਜਿਹੜਾ ਇਹਨਾਂ ਨੇ ਪੇਸ਼ ਕੀਤਾ, ਪਰ ਕਾਮੇਡੀ ਪਸੰਦ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰ ਕੀਤੀ ਗਈ, ਪਰ ਵਿੱਚ ਵਿੱਚ ਥੋੜ੍ਹਾ ਜਿਹਾ ਜਿਹਨੂੰ ਅਸੀਂ ਹਲਕੇ ਪੱਧਰ ਦੀ ਕਹਿ ਦਿੰਦੇ ਹਾਂ ਕਿ ਜੇ ਚੁਟਕਲਾਬਾਜ਼ੀ ਆਮ ਪਰਿਵਾਰਕ ਰਿਸ਼ਤਿਆਂ 'ਤੇ ਕਾਮੇਡੀ ਹੁੰਦੀ, ਜਿਹੜੀ ਕਿ ਉਹ ਥੋੜ੍ਹੀ ਸਾਨੂੰ ਕਈ ਵਾਰ ਨਹੀਂ ਚੰਗੀ ਲੱਗਦੀ ਪਰਿਵਾਰਾਂ ਦੀ, ਥੋੜ੍ਹਾ ਜਿਹਾ ਉਹ ਵੀ ਰੰਗ ਇਹਨਾਂ ਦਾ ਰਿਹਾ। ਪਰ ਓਵਰਆਲ ਗੱਲ ਕਰੀਏ ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਕੈਸਟਾਂ, ਬਹੁਤ ਸਾਰੇ ਉਦੋਂ ਪਹਿਲਾਂ ਰਿਕਾਰਡ ਸੁਪਰ ਡੁਪਰ ਹਿੱਟ ਹੋਏ ਆ, ਵਿੱਚ ਗਾਣੇ ਵੀ ਪਾਉਂਦੇ ਸੀ ਪਰ ਗਾਣੇ ਉਹ ਇੰਨੇ ਯਾਦ ਲੋਕਾਂ ਨੂੰ ਨਹੀਂ ਆ। ਮਿਰਜ਼ੇ ਦੀ ਗੱਲ ਕਰੀਏ ਤਾਂ ਮਿਰਜ਼ਾ ਮੇਰੇ ਖਿਆਲ ਜਗਮੋਹਨ ਕੌਰ ਨੇ ਪਹਿਲਾਂ ਗਾਇਆ, ਔਰ ਨਰਿੰਦਰ ਬੀਬਾ ਤੋਂ ਬਾਅਦ ਜਗਮੋਹਨ ਕੌਰ ਐਸੀ ਗਾਇਕਾ ਸੀ ਜਿਹਨੇ ਆਪਣਾ ਗਰੁੱਪ ਬਣਾ ਕੇ ਗਾਇਆ, ਨਹੀਂ ਤਾਂ ਪਹਿਲਾਂ ਗਾਇਕਾਵਾਂ ਜਿਹੜੀਆਂ ਨੇ ਉਹ ਆਪਣਾ ਗਰੁੱਪ ਨਹੀਂ ਸੀ ਜ਼ਿਆਦਾ ਬਣਾਉਂਦੀਆਂ, ਉਹ ਕਿਸੇ ਨਾ ਕਿਸੇ ਗਾਇਕ ਦੇ ਨਾਲ ਜਾ ਕੇ ਗਾਉਂਦੀਆਂ ਸੀ ਅਤੇ ਗਾਇਕ ਦੇ ਨਾਲ ਹੀ ਪ੍ਰੋਗਰਾਮ ਜਿਹੜਾ ਪੇਸ਼ ਕਰਦੀਆਂ ਸੀ ਹੈ। ਪਰ ਇਹ ਇੱਕ ਵੱਖਰੀ ਜਿਹੜੀ ਗੱਲ ਹੈ। ਪਰ ਜੇ ਗੱਲ ਕਰੀਏ ਬਾਕੀ ਕਹਿੰਦੇ ਕੁਦਰਤ ਨੂੰ ਜੋ ਮਨਜ਼ੂਰ ਹੁੰਦਾ, ਲੁਧਿਆਣੇ ਤੋਂ ਚੰਡੀਗੜ੍ਹ ਨੂੰ ਆ ਰਹੇ ਸੀ, ਖਰੜ ਦੇ ਕੋਲ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ, ਔਰ ਜਨਮ ਦੀ ਗੱਲ ਮੈਂ 18 ਅਪ੍ਰੈਲ ਦੀ ਕੀਤੀ, ਵੈਸੇ ਬਹੁਤ ਸਾਰੇ ਜਿਹੜੇ ਅੰਕੜੇ ਨੇ ਉਹ 15 ਅਕਤੂਬਰ ਦੀ ਵੀ ਗੱਲ ਕਰਦੇ ਨੇ 1948 ਦੀ, ਪਰ ਮੇਰੇ ਖਿਆਲ 18 ਅਪ੍ਰੈਲ ਹੀ ਇਹਨਾਂ ਦਾ ਜਨਮ ਹੈਗਾ। ਅਤੇ ਐਕਸੀਡੈਂਟ ਜਿਹੜਾ ਹੋਇਆ ਸੀ ਬੜੀ ਬੁਰੀ ਤਰ੍ਹਾਂ, ਅਤੇ ਉਹਦੇ 'ਚ ਇਹਨਾਂ ਦੀ ਮੌਤ ਹੋ ਗਈ ਸੀਗੀ। ਅਤੇ ਕੇਦੀਪ ਦੀ ਇੱਕ ਮੈਨੂੰ ਗੱਲ ਚੇਤੇ ਆ ਗਈ ਵੀ ਉਹ ਕਹਿੰਦਾ ਵੀ ਮਾਈ ਹੋਣੋ ਕਿਹੜਾ ਤੇੜਾ ਪਿੰਡ ਹੈ, ਦੈੜ ਦੇ ਕੇ ਖੈੜ ਦੀ ਟਿਕਟ ਲੈ ਲਓ ਅਤੇ ਉੱਥੇ ਉੱਤਰ ਜਾਓ ਜਾ ਕੇ, ਖਰੜ ਨੂੰ ਖੈੜ ਵੀ ਕਹਿੰਦੇ ਸੀਗੇ ਨਾ। ਅਤੇ ਮੈਂ ਉਸ ਇਲਾਕੇ 'ਚ ਕਾਫੀ ਵਿਚਰਿਆ। ਜਗਮੋਹਨ ਕੌਰ ਦੀ ਗੱਲ ਕਰੀਏ, ਜਗਮੋਹਨ ਕੌਰ ਨੂੰ ਮੈਂ ਪਰਸਨਲੀ ਸਾਨੂੰ ਮਿਲਣ ਦਾ ਮੌਕਾ ਮਿਲਿਆ, 92 'ਚ ਸਾਡੀਆਂ ਕੈਸਟਾਂ ਕੁਸਟਾਂ ਆ ਗਈਆਂ ਸੀ, ਸੁਪਰ ਡੁਪਰ ਹਿੱਟ ਹੋ ਗਈਆਂ ਸੀ, ਅਤੇ ਉਦੋਂ ਬਾਅਦ ਸਾਰੇ ਕਲਾਕਾਰਾਂ ਨਾਲ ਤਕਰੀਬਨ ਵਿਚਰਨ ਦਾ ਮੌਕਾ ਮਿਲਿਆ। ਜਗਮੋਹਨ ਕੌਰ ਹੁਣਾਂ ਨਾਲ ਵੀ ਕਈ ਪ੍ਰੋਗਰਾਮ ਕਰਨ ਦੇ ਮੌਕੇ ਮਿਲੇ ਆ ਸਟੇਜਾਂ ਦੇ ਉੱਪਰ, ਬਹੁਤ ਜ਼ਿਆਦਾ ਤਾਂ ਨਹੀਂ ਵਿਚਰੇ, ਪਰ ਕੇਦੀਪ ਸਾਹਿਬ ਹੁਣਾਂ ਨਾਲ ਕਾਫੀ ਬੈਠਣ ਉੱਠਣ ਦਾ ਮੌਕਾ ਮਿਲਿਆ। ਅਤੇ ਜਗਮੋਹਨ ਕੌਰ ਦੀ ਗੱਲ ਕਰੀਏ ਤਾਂ ਇੱਕ ਬੜੀ ਧੜੱਲੇਦਾਰ ਕਹਿ ਸਕਦੇ ਹਾਂ, ਔਰ ਧੜੱਲੇਦਾਰ ਸਿਹਤ ਪੱਖੋਂ ਸੀਗੀ ਸੀਗੀ, ਸੁਭਾਅ ਪੱਖੋਂ ਵੀ, ਅਤੇ ਬੋਡੀ ਲੈਂਗੁਏਜ ਪੱਖੋਂ ਵੀ ਇੱਕ ਜ਼ਬਰਦਸਤ, ਮੈਂ ਉਹਨਾਂ ਨੂੰ ਕਹਿੰਦਾ ਪੂਰੇ ਰੋਬ ਸ਼ੋਭ ਵਾਲੀ ਜਾਂ ਪੂਰਾ ਧੜੱਲਾ, ਪੂਰਾ ਗੱਲਬਾਤ ਦੇ ਵਿੱਚ, ਗੱਲਬਾਤ ਦੇ ਵਿੱਚ ਪੂਰੀ ਗੱਲਬਾਤ ਜੇ ਹੋਣੀ ਬਹੁਤ ਜ਼ਰੂਰੀ ਹੈ। ਚਲੋ ਆਪਾਂ ਬ੍ਰੇਕ ਤੋਂ ਬਾਅਦ ਜੀ ਮੈਂ ਹੁਣ ਤੁਹਾਡੀਆਂ ਕਾਲਾਂ ਲਊਂਗਾ, ਤੁਸੀਂ ਨੰਬਰ ਜਿਹੜਾ ਉਹ ਡਾਇਲ ਕਰ ਲਓ। ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਗੀਤ ਜਿਹੜਾ ਹੈ ਬੜਾ ਵਧੀਆ, ਮੇਰਾ ਰੁੱਖੜਾ ਯਾਰ ਨਹੀਂ ਮੰਨਦਾ ਨਹੀਂ ਮੈਂ ਕਿਹਨੂੰ ਆਖਾਂ, ਬੜਾ ਪਿਆਰਾ ਗੀਤ ਹੈ ਜਗਮੋਹਨ ਕੌਰ ਦਾ ਇਹ ਵੀ, ਇਹ ਗੀਤ ਤੁਸੀਂ ਦੇਖੋ। ਅਤੇ ਬ੍ਰੇਕ ਤੋਂ ਬਾਅਦ ਫਿਰ ਸਿੱਧੀਆਂ ਤੁਹਾਡੀਆਂ ਕਾਲਾਂ ਲਵਾਂਗੇ, ਤੁਹਾਡੇ ਮਨ ਦੇ ਵਿਚਾਰ ਜਾਣਾਂਗੇ, ਤੁਸੀਂ ਕੁਛ ਵੀ ਕਹਿਣਾ ਚਾਹੁੰਦੇ ਹੋ, ਲੱਖਾਂ ਪੰਜਾਬੀਆਂ ਦੇ ਨਾਲ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਨੇ ਚਾਹੁੰਦੇ ਹੋ, ਆਪ ਤੁਹਾਡੇ ਅੰਦਰ ਕੋਈ ਕਲਾ ਛੁਪੀ ਹੋਈ ਹੈ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ, ਤਾਂ ਆਪਣੇ ਕੋਲ ਖੁੱਲ੍ਹਾ ਸਮਾਂ ਅੱਜ ਹੈਗਾ। ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਲੈ ਕੇ, ਔਰ ਗੱਲਬਾਤ ਚੱਲ ਰਹੀ ਹੈ ਜਗਮੋਹਨ ਕੌਰ ਬਾਰੇ।
ਜਗਮੋਹਨ ਕੌਰ ਦੇ ਇੱਕ ਦੋ ਗੀਤਾਂ ਦਾ ਮੈਂ ਜ਼ਿਕਰ ਕਰਕੇ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦਾ। ਇੱਕ ਤਾਂ ਬਾਬਾ ਵੇ ਕਲਾ ਮਰੋੜ ਬੜਾ ਗਾਣਾ ਸੁਣਦੇ ਹੁੰਦੇ ਸਪੀਕਰਾਂ ਦੇ ਵਿੱਚ, ਬਾਬਾ ਵੇ ਕਲਾ ਮਰੋੜ। ਉਹ ਕਹਿੰਦਾ ਬੰਨੀ ਨਿੱਕੀ ਲਾ ਦੇ ਜੋੜ, ਹਾਂਜੀ। ਉਹ ਕਹਿੰਦਾ ਤੂੰ ਕਹਿੰਦਾ ਗੇਰ ਗੱਡੀ ਦਾੜ ਗਿਆ, ਮੈਨੂੰ ਧੱਕਾ ਲਾਉਂਦੀ ਨੂੰ ਸਾਹ ਚੜ੍ਹ ਗਿਆ ਵੇ ਕਲਾ ਮਰੋੜ। ਅਤੇ ਦੋ ਛੜਿਆਂ ਦੀ ਇੱਕ ਢੋਲਕੀ, ਇੱਕ ਇਹ ਵੀ ਚਾਲੂ ਜਿਹਾ ਗਾਣਾ ਇਹਨਾਂ ਦਾ ਆਇਆ ਸੀਗਾ। ਖੈਰ ਆਪਾਂ ਚਲੋ ਉੱਧਰੋਂ ਹਟ ਕੇ ਹੁਣ ਤੁਹਾਡੇ ਗਾਣੇ ਵੱਲ ਚੱਲਦੇ ਹਾਂ, ਤੁਹਾਡੇ ਵਿਚਾਰਾਂ ਵੱਲ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸੁਦਰਸ਼ਨ ਜੀ, ਹੈਪੀ ਦੀਵਾਲੀ ਜੀ। ਹੈਲੋ, ਹਾਂਜੀ ਹਾਂਜੀ, ਆ ਰਹੀ ਆਵਾਜ਼ ਤੁਹਾਨੂੰ? ਹਾਂਜੀ, ਹੁਣ ਆ ਰਹੀ, ਹੁਣ ਆ ਰਹੀ। ਜੀ ਜੀ, ਹੈਪੀ ਦੀਵਾਲੀ ਜੀ, ਬਹੁਤ ਬਹੁਤ ਲੇਟ। ਹੈਪੀ ਦੀਵਾਲੀ ਔਰ ਹੈਪੀ ਬੰਦੀ ਛੋੜ ਦਿਵਸ। ਜੀ ਜੀ, ਅੱਜ ਅਗਰ ਅਸੀਂ ਗੱਲ ਕਰੀਏ ਪੰਜਾਬ ਦੀ, ਮੇਰੇ ਖਿਆਲ ਸ਼ਾਇਦ ਹਿੰਦੁਸਤਾਨ ਦੇ ਵਿੱਚ ਵੀ ਹੋਏਗਾ, ਇਹ ਬਾਬਾ ਵਿਸ਼ਵਕਰਮਾ ਜੀ ਦਾ ਵੀ ਅੱਜ। ਹਾਂਜੀ, ਅੱਜ ਵਿਸ਼ਵਕਰਮਾ ਡੇ, ਅੱਜ ਵਿਸ਼ਵਕਰਮਾ ਡੇ ਹੈ। ਕੱਲ ਭਈਆ ਦੂਜਾ, ਕਲਾ ਦੇ, ਕੱਲ ਸਾਡੇ, ਕੱਲ ਸਾਡੇ ਭਈਆ ਦੂਜਾ, ਅੱਜ ਵਿਸ਼ਵਕਰਮਾ ਡੇ। ਜੀ ਜੀ ਜੀ, ਤਿਉਹਾਰ ਸਾਰੇ ਬਹੁਤ ਵਧੀਆ ਜੀ, ਬੜਾ ਕੁਝ ਸਿਖਾ ਕੇ ਜਾਂਦੇ ਸਾਨੂੰ। ਤੇ ਦੀਵਾਲੀ ਦਾ ਜ਼ਿਕਰ ਥੋੜਾ ਜਿਹਾ ਕਰੋ, ਕਿਵੇਂ ਰਹੀ ਦੀਵਾਲੀ, ਪਟਾਕੇ ਪਟੂਕਿਆਂ ਦਾ ਸੀਗਾ ਮਾਹੌਲ? ਬਸ ਮੈਂ ਨਹੀਂ, ਪਟਾਕੇ ਪਟੂਕੇ ਤੇ ਇੱਥੇ ਕੋਈ ਸਵਾਲ ਨਹੀਂ ਉੱਠਦਾ। ਆਪਣੇ ਘਰ 'ਚ ਲਾਈਟਾਂ ਲਗਾ ਲਈ ਦੀਆਂ ਨੇ, ਜਿਹੜੀਆਂ ਇਲੈਕਟ੍ਰਿਕ ਮਿਲਦੀਆਂ ਨੇ, ਤੁਹਾਨੂੰ ਪਤਾ ਹੀ ਹੈ। ਹਾਂਜੀ ਹਾਂਜੀ, ਲੜੀਆਂ ਜਿਹੜੀਆਂ ਮਿਲਦੀਆਂ ਉਹ ਬਾਹਰ ਲਗਾ ਦਿੱਤੀਆਂ, ਆਪਣੀ ਝਾੜੀਆਂ ਝੋੜੀਆਂ ਜਿੱਥੇ ਫਲਾਵਰ ਫਲੂਵਰ ਨੇ। ਔਰ ਮੇਰਾ ਤਾਂ ਹਿਸਾਬ ਹੈ, ਮੈਂ ਘਰ ਆਪਣਾ ਤਿੰਨਾਂ ਬੱਚਿਆਂ 'ਚੋਂ ਹਰ ਬੱਚੇ ਦੇ ਘਰ ਇੱਕ ਇੱਕ ਦੀਵਾਲੀ 'ਤੇ ਲੰਚ ਕਰ ਦਿੰਦੀ ਹਾਂ। ਠੀਕ ਹੈ, ਇੱਥੇ ਇਕੱਠੇ ਹੋ ਜਾਓ, ਅੱਜ ਇੱਥੇ ਇਕੱਠੇ ਹੋ ਜਾਓ, ਅਗਲੇ ਦੇ ਵੱਡੇ ਦੇ ਹੋ ਜਾਓ, ਛੋਟੇ ਦੇ ਹੋ ਜਾਓ, ਉਹ ਫਿਰ ਸਾਰੀ ਫੈਮਿਲੀ ਇਕੱਠੀ ਹੋ ਗਈ, ਲੰਚ ਹੋ ਗਿਆ, ਫਿਰ ਆਪਣੇ ਆਪਣੇ ਘਰ ਨਾਨਕਿਆਂ ਚਲੇ ਜਾਓ। ਹੁਣ ਅਸੀਂ ਆਪਣੇ ਪੂਜਾ ਕਰਾਂਗੇ ਜਿੱਥੇ ਮੈਂ ਰਹਿੰਦੀ ਹਾਂ, ਛੋਟੇ ਘਰ ਇੱਕ ਵਾਰ ਪੂਜਾ ਕਰਨੀ ਰਾਤ ਨੂੰ। ਅਸੀਂ ਵੀ ਦੀਵੇ ਜਗਾਏ ਸੀ ਸੁਦਰਸ਼ਨ ਜੀ, ਦੀ ਅਸੀਂ ਸਭ ਜਲਾਉਂਦੇ ਹਾਂ, ਦੀ ਜਿਹੜੀਆਂ ਟੀ ਲਾਈਟਸ ਮਿਲਦੀਆਂ ਨੇ ਬੜੀਆਂ ਸੋਹਣੀਆਂ, ਇੱਕ ਤੇ ਆਪਣਾ ਅੰਦਰ ਹੀ ਸਾਰੀਆਂ ਸਭ ਅੰਦਰ ਜਗਮਗ ਹੋਇਆ ਦਾ ਸੀ ਰਹਿਣ ਕੀਆ। ਅਸੀਂ ਤੁਹਾਡੀ ਨੂੰਹ ਦੀ ਤੇ ਪਹਿਲੀ, ਤੁਹਾਡੀ ਨੂੰਹ ਦੀ ਪਹਿਲੀ ਦੀਵਾਲੀ ਹੈ। ਹਾਂਜੀ ਹਾਂਜੀ, ਨਹੀਂ ਅਸੀਂ ਅੰਦਰ ਦੀਵੇ ਜਗਾਏ ਸੀ, ਤੜਕੇ ਅਲਾਰਮ ਮੱਜ ਗਿਆ। ਅੱਛਾ, ਧੂਏ ਵਾਲਾ, ਮੈਂ ਕਿਹਾ ਫੋਨ ਸੁਣਨ ਤੋਂ ਪਹਿਲਾਂ ਸਰਾਣੇ ਜਾ ਕੇ ਪਹਿਲਾਂ ਹਵਾ ਚੱਲੀ ਉੱਥੇ। ਚਲੋ ਖੈਰ, ਕੀ ਸੁਣਾਓਗੇ ਜੀ ਸਾਡੇ ਦਰਸ਼ਕਾਂ ਨੂੰ? ਮੈਂ ਜਗਮੋਹਨ ਕੌਰ ਦਾ ਤੁਸੀਂ ਕੀਤਾ ਜ਼ਿਕਰ, ਉਹਨਾਂ ਦੇ ਤੇ ਗਾਣੇ ਬੜੇ ਫਸਟ ਕਲਾਸ ਨੇ, ਪਰ ਸਾਰੀਆਂ ਨੇ ਹੀ ਉਹ ਗਾਏ ਨੇ ਜੋ ਉਹਨਾਂ ਨੇ ਗਾਏ ਨੇ, ਬਾਕੀਆਂ ਨੇ ਵੀ ਉਹ ਗਾਏ ਹੋਏ ਨੇ। ਪਰ ਇਹਨਾਂ ਦਾ ਇੱਕ ਗਾਣਾ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਜਗਮੋਹਨ ਕੌਰ ਜੀ ਦਾ। ਜੀ ਜੀ, ਇਹਨਾਂ ਦੀ ਆਵਾਜ਼ ਬੜੀ ਬੁਲੰਦ ਹੈ, ਬਹੁਤ ਬੁਲੰਦ ਆਵਾਜ਼, ਮਿਰਜ਼ਾ ਇਹਨਾਂ ਨੇ ਗਾਇਆ, ਕੋਸ਼ਿਸ਼ ਕਰੂੰਗਾ ਦਿਖਾਉਣ ਦੀ। ਦਾਲ ਦਸ ਖਾਂ ਸ਼ਹਿਰ ਲਾਹੌਰ ਅੰਦਰ ਮੇਰਾ ਫੇਵਰਿਟ ਸੀ, ਜਿਹੜਾ ਤੁਸੀਂ ਪਹਿਲੇ ਸੁਣਾਇਆ। ਹਾਂਜੀ ਹਾਂਜੀ, ਇਹ ਇਹਨਾਂ ਦਾ ਗਾਣਾ ਹੈ। ਰੱਤੀ ਤੇਰੀ, ਰੱਤੀ ਤੇਰੀ, ਉਹ ਢੋਲ ਮੇਰਿਆ ਲੁੰਗੀ ਹੋਏ, ਵਿੱਚ ਪਵਾਨੀਆਂ ਮੈਂ ਪੱਟ ਦੀਆਂ ਵੇ ਡੋਰਾਂ, ਕੋਈ ਆਉਂਦਾ ਆਉਂਦਾ ਅੱਖੀ ਓਲੇ ਹੋ ਗਿਆ, ਕੋਈ ਆਉਂਦਾ ਆਉਂਦਾ ਅੱਖੀ ਓਲੇ ਹੋ ਗਿਆ, ਵੇ ਮੈਂ ਦੂਰ ਤੋਂ, ਵੇ ਮੈਂ ਦੂਰ ਤੋਂ ਪਹਿਚਾਨ ਦੀਆਂ ਟੋਰਾਂ, ਰੱਤੀ ਤੇਰੀ ਉਹ ਢੋਲ ਮੇਰਿਆ ਲੁੰਗੀ ਹੋਏ, ਮੁੱਦਤ ਹੋ ਗਈ ਮਹਿਰਮਾਨਾ ਮੁੱਖ ਵਿਖਾਇਆ, ਨਿਤ ਨਮਾਣੀ ਜਿੰਦ ਨੂੰ ਤੂੰ ਲਾਰਾ ਲਾਇਆ, ਉਹ ਬਾਗੀ ਕੋਇਲਾ ਬੋਲੀਆਂ ਨਾ ਠਾਕੁਰ ਲਾਇਆ, ਸੌਣ ਮਹੀਨਾ ਆ ਗਿਆ ਮਾਹੀ ਨਾ ਆਇਆ, ਤੈਨੂੰ ਖਬਰ ਕੀਏ ਚੰਨਾ ਬਾਜ ਤੇਰੇ, ਤੇ ਜ਼ਹਿਰ ਜ਼ਿੰਦਗੀ ਦਾ ਕਿਵੇਂ ਪੀ ਰਹੀਆਂ, ਜਿਹੜੇ ਵਾਅਦਿਆਂ ਕਦੇ ਨਾ ਵਫਾ ਕੀਤੀ, ਉਹਨਾਂ ਵਾਅਦਿਆਂ ਆਸਰੇ ਜੀ ਰਹੀਆਂ, ਰੱਤੀ ਤੇਰੀ ਉਹ ਢੋਲ ਮੇਰਿਆ ਲੁੰਗੀ ਹੋਏ, ਰੱਤੀ ਤੇਰੀ ਉਹ ਢੋਲ ਮੇਰਿਆ ਲੁੰਗੀ ਹੋਏ। ਸੁਦਰਸ਼ਨ ਜੀ, ਮੇਰਾ ਖਿਆਲ ਜਿੱਥੋਂ ਮੇਰੇ ਦਿਮਾਗ ਦੇ ਵਿੱਚ ਖੜਕ ਰਹੀ, ਨਰਿੰਦਰ ਬੀਬਾ ਉਹਨਾਂ ਨੇ ਗਾਇਆ ਸ਼ਰਦੀ ਪਹਿਲਾਂ, ਬਹੁਤ ਸਾਰੇ ਗੀਤ ਜਿਹੜੇ ਹੈਗੇ ਨੇ ਜਗਮੋਹਨ ਕੌਰ ਨੇ ਗਾਇਆ ਸੀ, ਮੇਰੇ ਨੱਚੀ ਦੇ ਖੁੱਲ ਕੇ ਵਾਲ, ਬਾਬੀ ਮੇਰੀ ਗੁੱਤ ਕਰਦੇ, ਫਿਰ ਨੰਬਰ ਦੂਜੇ ਬਾਅਦ ਮੇਰੀ ਗੁੱਤ ਕਰਦੇ। ਹਾਂ, ਬਹੁਤ ਸਾਰੇ ਨਾ ਮਿਕਸ ਨੇ, ਕਈਆਂ ਦੇ ਨਾ ਸਾਰੇ ਸਿੰਗਰਸ ਨੇ ਗਾਏ ਨੇ ਇੱਕ ਦੂਜੇ ਦੇ ਗਾਣੇ। ਜੀ ਜੀ ਜੀ, ਪਰ ਬਹੁਤ ਬੁਲੰਦ ਆਵਾਜ਼ ਸੀ, ਬਹੁਤ ਮਿਹਰਬਾਨੀ ਤੁਹਾਡੀ, ਆਵਾਜ਼ ਬੜੀ ਬੁਲੰਦ, ਬਹੁਤ ਮਿਹਰਬਾਨੀ। ਹੈਲੋ 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 ਜੀ ਜੀ, ਸਤਿ ਸ਼੍ਰੀ ਅਕਾਲ ਜੀ, ਸਰਦਾਰ ਸੁਰਿੰਦਰ ਸਿੰਘ ਜੀ। ਹੋਰ ਜੱਗੀ ਵੀਰੇ, ਕਿੱਦਾਂ ਦੀਵਾਲੀ ਚੰਗੀ ਰਹੀ? ਬਹੁਤ ਵਧੀਆ, ਬਹੁਤ ਵਧੀਆ ਜੀ। ਤੇ ਮੈਂ ਅਗਰ ਹੈ ਜਾਣਕਾਰੀ ਥੋੜੀ ਬਹੁਤ ਬਾਬਾ ਵਿਸ਼ਵਕਰਮਾ ਜੀ ਬਾਰੇ, ਹੈ ਕੋਈ ਜਾਣਕਾਰੀ ਦੇ ਸਕਦੇ? ਹਾਂ ਹੈ ਤਾਂ ਸਹੀ, ਕਹਿੰਦੇ ਲੰਕਾ ਬਣਾਈ ਸੀ ਬਾਬਾ ਵਿਸ਼ਵਕਰਮਾ ਜੀ ਨੇ। ਅੱਛਾ,
ਤੇ ਉਦੋਂ ਬਾਅਦ ਫਿਰ ਉਹ ਜਦੋਂ ਢਾਈ ਢੂਈ ਆ ਤਾਂ ਉਦੋਂ ਫਿਰ ਇਹਨੀ ਦੁਬਾਰਾ ਤਾਂ ਨਹੀਂ ਬਣਾਈ, ਪਰ ਉਹਦੇ ਕਰਕੇ ਕਹਿੰਦੇ ਬਹੁਤ ਇਹਨਾਂ ਦੀ ਜਿੱਦਾਂ ਪੂਜਾ ਹੁੰਦੀ ਸੀ ਮਸ਼ਹੂਰੀ ਹੁੰਦੀ ਸੀ, ਬਾਕੀ ਇੰਨਾ ਕੇ ਪਤਾ ਜੀ ਹੋਰ ਤਾਂ ਟੂਲਸ ਪਤਾ ਦੀ ਨਹੀਂ ਜਿਹੜੀ ਗੱਲ ਮਾੜਾ। ਕਰਦੇ ਆਪਾਂ ਟੂਲਸ ਦੀ, ਕਹਿੰਦੇ ਵੀ ਸ਼ੁਰੂਆਤ ਇਹਨਾਂ ਨੇ ਕੀਤੀ ਟੂਲਸ ਸਾਡੇ ਜਿਹੜੇ ਅਸੀਂ ਖਾਸ ਤੌਰ 'ਤੇ, ਹੁਣ ਤਾਂ ਟੂਲ ਦਾ ਰੰਗ ਰੂਪ ਹੀ ਚੇਂਜ ਹੋ ਗਿਆ ਨਾ, ਡਿਜੀਟਲ ਹੋ ਗਏ ਟੂਲ ਸਾਰੇ, ਅਤੇ ਪਹਿਲਾਂ ਜਿਵੇਂ ਦਾਤੀਆਂ ਰੰਮਿਆਂ ਦੀ ਗੱਲ ਕਰੀਏ ਜਾਂ ਪਹਿਲੇ ਪੁਰਾਣੇ ਟੂਲਸ ਦੀ ਗੱਲ ਕਰੀਏ, ਕੋਈ ਵੀ ਸੰਦ ਜਿਹੜੇ ਸਾਡੇ ਖੇਤੀਬਾੜੀ ਦੇ ਹੁੰਦੇ ਸੀ ਉਹ ਸ਼ੁਰੂਆਤ ਕਰਨ ਵਾਲੇ ਬਾਬਾ ਵਿਸ਼ਵਕਰਮਾ ਜੀ। ਹਾਂਜੀ ਕੀ ਸੁਣਾਓਗੇ ਤੁਸੀਂ ਸਾਡੇ ਦਰਸ਼ਕ? ਹਾਂ ਫਿਰ ਹਜ਼ਾਰਾਂ ਸਾਲਾਂ ਪਹਿਲਾਂ ਦੀ ਗੱਲ ਆ, ਉਦੋਂ ਸ਼ੁਰੂ ਕੀਤਾ ਨਹੀਂ ਜਿੱਦਾਂ ਕੋਈ ਹੁਸ਼ਿਆਰਾਨਾ ਚੀਜ਼ ਬਣਦੀ ਸੀ। ਤੇ ਦੂਜਾ ਮਿਰਜ਼ਾ ਬਹੁਤਿਆਂ ਨੇ ਗਾਇਆ ਬੜੇ ਜ਼ੋਰ ਲਾ ਲਾ ਕੇ, ਪਰ ਕਹਿੰਦੇ ਜਦੋਂ ਇੱਕ ਬੰਦੇ ਨੇ ਚਾਰਕ ਲੈਣਾ, ਮੇਰੇ ਕੋਲ ਆਪਣੇ ਘਰ ਮਿਰਜ਼ਾ ਸਾਹਿਬਾਂ ਜੰਮਦੇ ਫੇਵੜਾ ਕਹਿੰਦਾ ਔਖੇ ਹੁੰਦੇ ਆ। ਲੋਕ ਕਹਿੰਦੇ ਜੀ ਹੀਰ ਜੰਮੇ ਪਰ ਗਵਾਂਢੀਆਂ ਦੇ ਜੰਮੇ, ਸਾਹਿਬਾਂ ਜੰਮੇ ਜੀ ਤੇ ਮੈਂ ਪਰ ਗਵਾਂਢੀਆਂ ਦੇ ਜੰਮੇ। ਹਾਂਜੀ ਇੱਕ ਤਾਂ ਟਾਈਮ ਥੋੜਾ ਹੀ ਆ। ਨਹੀਂ ਨਹੀਂ ਕਰੋ ਗੱਲ, ਕੀ ਕਰਨੀ ਦੱਸੋ। ਦੁੱਖ ਤਾਂ ਦਵਾਈ ਦੇ ਬਾਰੇ ਧੂਏ ਬਾਰੇ ਤੇ ਬਾਕੀ ਉਹ ਮਿਰਜ਼ੇ ਦੀ ਮੈਂ ਦੱਸੂ ਇੱਕ ਜੀ। ਅੰਬਰ ਉੱਤੇ ਉੱਠਦਾ ਧੂੰਆਂ ਕੁਦਰਤ ਨੂੰ ਮਨਜ਼ੂਰ ਨਹੀਂ ਹੋਣਾ, ਲੱਖਾਂ ਦੀਵੇ ਬਾਲੀਏ ਭਾਵੇਂ ਇੰਜ ਹਨੇਰਾ ਦੂਰ ਨਹੀਂ ਹੋਣਾ ਜੀ। ਢਿੱਡੀ ਪੈਂਦਾ ਅੰਨ ਨਹੀਂ ਹੈ, ਸਿਰ ਦੇ ਉੱਤੇ ਛੰਨ ਨਹੀਂ ਹੈ, ਬੱਚਿਆਂ ਨੂੰ ਪੈਂਦਾ ਭੁੱਖਿਆਂ ਸੌਣਾ, ਲੱਖਾਂ ਦੀਵੇ ਬਾਲੀਏ ਭਾਵੇਂ ਇੰਜ ਹਨੇਰਾ ਦੂਰ ਨਹੀਂ ਹੋਣਾ। ਬੇਰੁਜ਼ਗਾਰੀ ਝੱਲਦੇ ਨੇ ਜੋ ਸੜਕਾਂ ਜਾ ਕੇ ਮਲਦੇ ਨੇ, ਜੋ ਕੌਣ ਸੁਣੇਗਾ ਉਹਨਾਂ ਦਾ ਰੋਣਾ, ਇੰਜ ਹਨੇਰਾ ਦੂਰ ਨਹੀਂ ਹੋਣਾ। ਫਾਹੇ ਲੈ ਕਰ ਮਰਦੇ ਜਿਹੜੇ, ਲੋਕਾਂ ਦਾ ਢਿੱਡ ਭਰਦੇ ਜਿਹੜੇ, ਕਰਜ਼ੇ ਨਾ ਪੌਜੂਲਾ ਲਾਉਣਾ, ਇੰਜ ਹਨੇਰਾ ਦੂਰ ਨਹੀਂ ਹੋਣਾ। ਨਸ਼ਿਆਂ ਕੋਲੋਂ ਬਚ ਕੇ ਰਹਿਣਾ, ਸਾਦਾ ਜੀਵਨ ਜਿਉਣਾ ਪੈਣਾ, ਤਾਂ ਰਾਠੀ ਜਗ ਤੇ ਰਸ਼ਨਾਉਣਾ, ਲੱਖ ਦੀਵੇ ਬਾਲੀਏ ਭਾਵੇਂ ਇੰਜ ਹਨੇਰਾ ਦੂਰ ਨਹੀਂ ਹੋਣਾ। ਤੇ ਇੱਕ ਜਿਹਾ ਮਿਰਜ਼ੇ ਨੂੰ ਗਾਉਂਦੇ ਜੀ ਉਹਦੇ ਬਾਰੇ ਆ, ਕਹਿੰਦੇ ਜਦ ਵੀ ਲੋਕੀ ਮਿਰਜ਼ੇ ਨੂੰ ਵਡਿਆਉਂਦੇ ਨੇ, ਭੈਣ ਭਰਾ ਦੇ ਰਿਸ਼ਤੇ ਨੂੰ ਦਫਨਾਉਂਦੇ ਨੇ। ਜਦ ਵੀ ਲੋਕੀ ਮਿਰਜ਼ੇ ਨੂੰ ਵਡਿਆਉਂਦੇ ਨੇ, ਭੈਣ ਭਰਾ ਦੇ ਰਿਸ਼ਤੇ ਨੂੰ ਦਫਨਾਉਂਦੇ ਨੇ, ਜਿਸ ਦਾ ਸੱਭਿਆਚਾਰ ਮੁਬਾਰਕ ਉਸ ਨੂੰ ਤਾਂ, ਜਿਸ ਦਾ ਨਹੀਂ ਹੈ ਉਸ ਨੂੰ ਕਿਉਂ ਉਕਸਾਉਂਦੇ ਨੇ। ਮਾਮੇ ਦੀ ਧੀ ਮਿਰਜ਼ਾ ਕੱਢ ਕੇ ਲੈ ਗਿਆ ਸੀ, ਕਾਹਤੋਂ ਲੋਕੀ ਫਕਰ ਨਾਲ ਇਹ ਗਾਉਂਦੇ ਨੇ, ਜਿਨ੍ਹਾਂ ਲਈ ਇਹ ਰਿਸ਼ਤਾ ਭੈਣ ਭਰਾ ਦਾ ਹੈ, ਉਹਨਾਂ ਲਈ ਕਿਉਂ ਰਿਸ਼ਤੇ ਨੂੰ ਛਟਿਆਉਂਦੇ ਨੇ। ਮਾਮੇ ਦੇ ਜਾਇਆ ਹੀ ਮਿਰਜ਼ਾ ਵੱਢਿਆ ਸੀ, ਕਿਉਂ ਭਾਈ ਸਾਹਿਬਾਂ ਦੇ ਖਵਾਉਂਦੇ ਨੇ। ਪਾਕ ਮੁਹੱਬਤ ਰੂਹਾਂ ਦੀ ਗਲ ਬੱਕੜੀ ਏ, ਗਾਇਕ ਲੇਖਕ ਜਿਸਮਾਂ ਦੀ ਸਮਝਾਉਂਦੇ ਨੇ। ਖੁਦ ਦੇ ਬੱਚੇ ਮਿਰਜ਼ੇ ਸਾਹਿਬਾਂ ਬਣਦੇ ਜਦ, ਖੁਦ ਦੇ ਬੱਚੇ ਮਿਰਜ਼ੇ ਸਾਹਿਬਾਂ ਬਣਦੇ ਜਦ, ਫਿਰ ਅਨੈਕਤਾ ਸਿਹਤਾਂ ਤੇ ਪਛਤਾਉਂਦੇ ਨੇ, ਫਿਰ ਅਨੈਕਤਾ ਜੱਗੀ ਜੀ ਸਿਹਤਾਂ ਤੇ ਪਛਤਾਉਂਦੇ ਜੀ। ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ, ਤੁਹਾਡੇ ਦੀਵਿਆਂ ਦੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਅਯੁੱਧਿਆ ਦੇ ਵਿੱਚ ਵੀ ਮੇਰੇ ਖਰੇ 1,52,000 ਦੀਵਾ ਕਿੰਨਾ ਐਤਕੀ ਜਗਾਇਆ, ਅਤੇ ਹਰਿਮੰਦਰ ਸਾਹਿਬ ਦੇ ਵਿੱਚ ਵੀ 51,000 ਦੀਵਾ ਐਤਕੀ ਬਕਾਇਦਾ ਜਗਾਏ ਨੇ। ਪਰ ਅਸੀਂ ਦੀਵੇ ਜਿਹੜੇ ਜਗਾਉਣੇ, ਮੇਰੇ ਹਿਸਾਬ ਦੇ ਨਾਲ ਸਾਡੇ ਗੁਰੂ ਸਾਹਿਬ ਜਿਹੜੇ ਕਹਿ ਗਏ ਸੀ, ਉਹ ਮਨ ਦੇ ਦੀਵਿਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਸੀ, ਗਿਆਨ ਦੇ ਦੀਵਿਆਂ ਦੀ ਵੀ ਗੱਲ ਕੀਤੀ ਸੀ ਵੀ ਗਿਆਨ ਦੇ ਦੀਵੇ ਵੀ ਜਗਾਉਣੇ ਚਾਹੀਦੇ, ਇਕੱਲੇ ਤੇਲ ਦੇ ਦੀਵੇ ਨਹੀਂ ਜਗਾਉਣੇ ਚਾਹੀਦੇ। ਜਿੰਨੇ ਮਰਜ਼ੀ ਦੀਵੇ ਜਗਾਈ ਜਾਣ ਜੀ, ਪਹਿਲਾਂ ਤਾਂ ਸਾਡਾ ਇਤਿਹਾਸ ਪੜ੍ਹਨਾ ਚਾਹੀਦਾ, ਬੰਦੀ ਛੋੜ ਸਾਡਾ ਜੁੜਦਾ ਹੀ ਨਹੀਂ ਦੀਵਾਲੀ ਨਾਲ। ਮਹਾਰਾਜ ਉੱਥੋਂ ਆਗਰੇ ਆਏ, ਆਗਰਿਓਂ ਦਿੱਲੀ ਗਏ, ਦਿੱਲੀਓਂ ਲਾਹੌਰ ਗਏ, ਉੱਥੇ ਚੰਦੂ ਨੂੰ ਸਜ਼ਾ ਲੈ ਕੇ ਫਿਰ ਕਿਤੇ ਆਏ ਅੰਮ੍ਰਿਤਸਰ, ਪਤਾ ਨਹੀਂ ਕਿੱਥੋਂ ਇਹਦੇ ਨਾਲ ਸਾਨੂੰ ਜੋੜ ਲਿਆ ਦੀਵਾਲੀ ਦੇ ਨਾਲ ਸਾਨੂੰ। ਚਲੋ ਚਲੋ ਖੈਰ ਜੀ, ਜਿੰਦਾ ਸਾਡਾ ਤਾਂ ਧੰਨਵਾਦ ਜੀ। ਬੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਤਿਹਾਸਕ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮਿਥਿਹਾਸਕ ਨੇ, ਜੋ ਮਿਥਿਹਾਸ ਅਤੇ ਕਈ ਜਗ੍ਹਾ ਇਤਿਹਾਸ ਇਕੱਠੇ ਜੁੜ ਗਏ ਹੈਗੇ, ਕੋਈ ਵੱਡੀ ਗੱਲ ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ। ਬਹੁਤ ਸਾਰੀਆਂ ਹੋਰ ਐਸੇ ਦਿਨ ਤਿਉਹਾਰ ਹੈਗੇ ਜਿਹੜੇ ਸਾਨੂੰ ਇਉਂ ਲੱਗਦਾ ਵੀ ਇਹ ਸਾਡੇ ਨਹੀਂ, ਚਾਹੇ ਕਿਸੇ ਦੇ ਨਹੀਂ, ਚਾਹੇ ਉਹਨਾਂ ਦੇ ਨਹੀਂ, ਕਿਉਂਕਿ ਉਹ ਜਦੋਂ ਅਗਰ ਬੰਦੀ ਛੋੜ ਦੀ ਗੱਲ ਕਰੀਏ, ਉਦੋਂ ਵੀ ਸਾਰੇ ਇਕੱਠੇ ਸੀਗੇ, ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰਿਆਂ ਦਾ ਤਿਉਹਾਰ ਸੀਗਾ। ਅਗਰ ਦੀਵਾਲੀ ਦੀ ਗੱਲ ਕਰੀਏ, ਦੀਵਾਲੀ ਵੀ ਸਾਰਿਆਂ ਦਾ ਸਾਂਝਾ ਤਿਉਹਾਰ ਸੀਗਾ। ਇਹ ਬਾਅਦ ਦੇ ਵਿੱਚ ਆ ਕੇ ਹੁਣ ਵੰਡੇ ਪੈ ਗਏ ਜੀ, ਵੀ ਇਹ ਅਯੁੱਧਿਆ ਵਾਲੇ ਆ ਅਤੇ ਇਹ ਮਸਜਿਦ ਵਾਲੇ ਆ, ਇਹ ਅਦਰਵਾਈਜ਼ ਤਾਂ ਉਸ ਸਮੇਂ ਚਾਹੇ ਹਿੰਦੂ ਤਿਉਹਾਰ ਸੀ, ਚਾਹੇ ਸਿੱਖ ਤਿਉਹਾਰ ਸੀ, ਚਾਹੇ ਮੁਸਲਿਮ ਤਿਉਹਾਰ ਸੀ, ਚਾਹੇ ਈਸਾਈ ਤਿਉਹਾਰ ਸੀਗਾ, ਉਹ ਸਾਰੇ ਇਕੱਠੇ ਤਿਉਹਾਰ ਸੀ। ਪੰਜਾਬੀਆਂ ਦਾ ਤਿਉਹਾਰ ਮਤਲਬ ਪੰਜਾਬੀਆਂ ਦਾ ਤਿਉਹਾਰ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਆ ਬ੍ਰੇਕ ਤੋਂ ਬਾਅਦ, ਅਤੇ ਫਟਾਫਟ ਚੱਲਦੇ ਤੁਹਾਡੀਆਂ ਕਾਲਾਂ ਵੱਲ, ਜਾਣਦੇ ਤੁਹਾਡੇ ਵਿਚਾਰ। ਕੋਸ਼ਿਸ਼ ਕਰਾਂਗੇ, ਮਿਰਜ਼ਾ ਮੈਂ ਡਾਊਨਲੋਡ ਕੀਤੀ ਹੋਈ ਹੈ ਉਹਦਾ ਆਵਾਜ਼ ਜਿਹੜੀ ਹੈ, ਅਤੇ ਜੇ ਟਾਈਮ ਮਿਲਿਆ ਜ਼ਰੂਰ ਸੁਣਾਊਂਗਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਜੀ, ਮੈਂ ਗੁਰਮੇਲ ਸਿੰਘ ਫਰੀਦਨੋ ਤੋਂ ਬੋਲਦਾ। ਗੁਰਮੇਲ ਸਿੰਘ ਜੀ ਫਰੀਦਨੋ ਤੋਂ? ਹਾਂਜੀ ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਠੀਕ ਠਾਕ, ਬਹੁਤ ਵਧੀਆ। ਜਗਮੋਹਨ ਕੌਰ ਦਾ ਜਿਹੜਾ ਗੀਤ ਸੀ ਉਹ ਤੱਕ ਪਰਸੈਂਟ ਹੀ ਸੁਣਾਇਆ, ਬਾਕੀ ਨਹੀਂ ਸੁਣਾਇਆ। ਕਿਹੜਾ? ਜਿਹੜਾ ਜਗਮੋਹਨ ਕੌਰ ਦਾ ਪਹਿਲਾ ਗੀਤ ਸੀਗਾ, ਹਾਂਜੀ, ਲੋਕ ਮੱਕੇ ਨੂੰ ਜਾਂਦੇ, ਉਹ 10% ਹੀ ਸੁਣਾਇਆ। ਚਲੋ ਕੋਈ ਗੱਲ ਨਹੀਂ, ਉਹਨਾਂ ਦਾ 27 ਅੰਤਰਾ ਵਿੱਚ ਸਮਾਂ ਅਸਲ 'ਚ ਭੱਜਿਆ ਜਾਂਦਾ। ਮੈਂ ਮਿਰਜ਼ਾ ਵੀ ਸਗੋਂ ਕੱਢਿਆ ਪਿਆ, ਅਤੇ ਇੱਕ ਗੀਤ ਉਹ ਕੇਦੀਪ ਨਾਲ ਬੜਾ ਵਧੀਆ ਹੈਗਾ, ਹੱਸ ਨਾ ਗਿਓ ਕਦੇ ਕੁਛ ਦੱਸ ਨਾ ਗਿਓ ਮੈਂ, ਪਰ ਟਾਈਮ ਨਹੀਂ ਹੁੰਦਾ। ਤੁਸੀਂ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਜੀ, ਜਗਮੋਹਨ ਕੌਰ ਦੇ ਸਾਰੇ ਗੀਤ ਬਹੁਤ ਵਧੀਆ, ਬਹੁਤ ਵਧੀਆ, ਬੁਲੰਦ ਆਵਾਜ਼ ਸੀਗੀ ਜੀ।
हाँ जी बुलंद आवाज सी उन्हां दी। ते वैसे भी स्वभाव बड़ा खुला सी है, पूरा। खुला सी। हाँ जी हाँ चलो जी बहुत मेहरबानी तुहाडी। हाँ जी। बाकी दिवाली जी गल करते हैं आपां, दिवाली ते जदां हुण दीवे पाले जांदे आ, बाहर चंद कीता जांदा, हाँ जी अंदर दा चंद ज्यादा जरूरी है बाहर दे चंद अंदर नालों। अंदर बाकी दा बढ़िया जरूरी ते दीवे पालण दा कोई फायदा नहीं जे अपने कोल ही बैठिया नूं नहीं पुछणा ते, पर जदों आपां वड्डिआं नूं याद करदे आ। अगे नूं फर्क पै रहा लगदा थोड़ा हाँ थोड़ा, जी अंदर दे चानण हाँ दी जे जी गल करिए। ਤੇ ਗੁਰੂ हाँ ਸਾਹਿਬ ਨੇ जी ਤਾਂ ਗਿਆਨ ਦੇ ਦੀਵਿਆਂ ਦੀ ਵੀ ਗੱਲ ਕੀਤੀ ਸੀ, ਵੀ ਗਿਆਨ ਦੇ ਵੀ ਦੀਵੇ ਗਿਆਨ ਜਲਣੇ ਤੇ ਚਾਹੀਦੇ ਆ। ਹਾਂ ਜੀ ਗਿਆਨ ਦੇ ਦੀਵਿਆਂ ਦੀ ਗੱਲ ਕੀਤੀ ਆ, ਇਹ ਤਾਂ ਦੀਵਿਆਂ ਦੀ ਗੱਲ ਨਹੀਂ ਕੀਤੀ। ਹੁਣ ਜਿੱਥੇ ਆਪਾਂ ਚਾਨਣ ਕਰਦੇ ਹਾਂ ਇੱਥੇ ਲੱਗੀ ਬਹੁਤ ਜ਼ਿਆਦਾ ਬੱਤੀਆਂ, ਬਾਹਰ ਵੀ ਲੱਗੀਆਂ ਤੇ ਅੰਦਰ ਵੀ ਲੱਗੀਆਂ। ਇਹ ਹਾਂ ਉਦੋਂ ਜਦੋਂ ਦੀਵੇ ਜਗਾਏ ਹੋਣਗੇ ਉਦੋਂ ਕੋਈ ਲਾਈਟ ਦਾ ਸਿਸਟਮ ਨਹੀਂ ਸੀ ਹੁੰਦਾ, ਉਦੋਂ ਸਮਾਂ ਹੋਰ ਸੀ। ਤੇ ਹੁਣ ਹਾਂ ਤਾਂ ਜੀ ਗਾਂਧੀਆਂ ਉਹਨਾਂ ਦੇ ਉਪਦੇਸ਼ ਨੂੰ ਸਮਝਣ ਦੀ ਲੋੜ ਹੈ, ਉਹਨਾਂ ਦੇ ਜਿਹੜੇ ਮੇਨ ਉਹਨਾਂ ਦੇ ਉਪਦੇਸ਼ ਨੂੰ ਸਮਝਣ ਦੀ ਲੋੜ ਹੈ, ਨਾ ਕਿ ਦੀਵਿਆਂ ਜੀ। ਦੇ ਨਾਲ ਚਾਨਣ ਹੋਣਾ। ਸਾਡੇ ਇੱਥੇ ਲਾਗੇ ਹੀ ਇੱਕ ਘਰ ਸੀ ਤੇ ਉਹ ਬੀਬੀ ਨੇ ਦੀਵਾ ਜਗਾਇਆ, ਇਹਦੇ ਕਿਤੇ ਬੱਚੇ ਨੇ ਦੀਵਾ ਕਦੇ ਸੁੱਟਤਾ, ਅਕਲ ਲੱਗ ਗਈ ਫਿਰ ਕੋਈ ਗੇਟ ਵਾਲਿਆਂ ਰਾਤੀ ਆਣ ਕੇ ਗਿਆ ਸੀ। ਓਏ ਹੋਏ 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 ਬੜਾ ਇਹ ਰਿਸਕ ਹੈ। ਸਾਡੀਆਂ ਜਿਹੜੀਆਂ ਗਲਤ ਧਾਰਨਾਵਾਂ ਨਾ ਇਹ ਸਾਡੀਆਂ ਨੁਕਸਾਨਦੇਹ ਵੀ ਆ ਬਹੁਤ ਜ਼ਿਆਦੀਆਂ। ਬਾਕੀ ਇਹ ਆ ਵੀ ਕਿ ਇਹਨਾਂ ਚੀਜ਼ਾਂ ਹੁਣ ਜਿਹੜੇ ਪਟਾਕੇ ਚੱਲਦੇ ਕੀ ਫਾਇਦਾ ਇਹਨਾਂ ਦਾ? ਬਿਲਕੁਲ ਜੀ ਬਿਲਕੁਲ। ਆਹ ਆਪਾਂ ਮੁਕਤਸਰ ਜੀ ਇੱਕ ਗੱਲ ਕਰ ਲੈਂਦੇ ਹਾਂ ਵੀ ਜਿਹੜਾ ਤੁਹਾਡਾ ਦੁਸਹਿਰਾ ਆਪਾਂ ਜਿਹੜਾ ਪਾਲਦੇ ਹਾਂ, ਜਾਂ ਆਪਾਂ ਸਿੱਖ ਵੀ ਹਾਂ ਜਾਂ ਹਿੰਦੂ, ਕੋਈ ਵੀ ਜਿਹੜਾ ਪਾਲਦਾ, ਅਰਬਾਂ ਰੁਪਈਆਂ ਨੂੰ ਸਾੜ ਕੇ 5 ਮਿੰਟਾਂ ਦੇ ਵਿੱਚ ਸਵਾਹ ਕਰਕੇ ਤੇ ਘਰ ਨੂੰ ਆ ਜਾਂਦੇ, ਕਿਸੇ ਨੂੰ 10 ਰੁਪਈਏ ਇਸ ਸਕੂਲ ਨੂੰ ਨਹੀਂ ਦਿੰਦੇ। ਜੀ 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 ਚਲੋ ਬਹੁਤ ਮਿਹਰਬਾਨੀ ਭਾਜੀ, ਬਹੁਤ ਮਿਹਰਬਾਨੀ ਤੁਹਾਡੀ, ਗੱਲਬਾਤ ਲੰਬਾ ਵਿਸ਼ਾ। ਹੈਲੋ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੇਵੀ ਸਾਹਿਬ ਜੀ। ਰਾਜਕੁਮਾਰ ਸਾਹਿਬ ਕਿੱਧਰ ਦੀਵਾਲੀ ਮਨਾਉਣ ਚਲ ਗਏ ਸੀ ਕਿਤੇ? ਗੋਆ ਗੋਆ ਮਾਇਆ ਚਾਹ ਗੁੱਟੀਆਂ ਨੂੰ ਪਾਈ ਸਕਦੇ ਆ ਸਰ? ਉਹ ਨਾਲ ਪੁਰਾਣਾ ਰਿਸ਼ਤਾ ਸਾਡਾ ਪਿਆਰ ਜੀ ਬੰਦਾ। ਕੀ ਕਹਿਣਾ ਚਾਹੋਗੇ ਜੀ? ਪਰ ਜੀ ਇਹਨਾਂ ਦੀ ਹਾਈਟ ਵੀ ਤੇ ਇਹਨਾਂ ਦਾ ਬੋਲ ਵੀ ਬੜੇ ਪਿਆਰੇ ਸੀ ਦੋਨਾਂ ਲਈ। ਅਸੀਂ ਮਿਲ ਤੁਸੀਂ ਮਿਲੇ ਇਹਨਾਂ ਨੂੰ? ਮਿਲੇ ਦੇਖਿਆ ਕਦੇ ਗਾਉਂਦੇ? ਮੈਂ ਜੀ ਮੈਂ ਰੋਲ ਉਦੋਂ ਮੈਂ ਕੀਤਾ ਅੰਗਰ ਦਾ ਉੱਥੇ ਉੱਥੇ ਕੀ ਆਪਣੇ ਹਲਵਾਈ ਹੁੰਦਾ ਸੀਗਾ ਨਾ ਮਿਹਰਬਾਨੀ ਜੀ ਬਹੁਤ।